ਮੁੰਬਈ ਰੇਡੀਓ 580 AM ਤੇ ਤੁਹਾਡਾ ਸਵਾਗਤ ਹੈ ਜੀ। ਵੈਲਕਮ ਕਹਿੰਦੇ ਹਾਂ ਆਪ ਜੀ ਨੂੰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਗੈਸਟ ਨੇ ਜੀ ਦੀਪ ਸਿੱਧੂ ਜੀ। ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਵੈਲਕਮ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਭ ਤੋਂ ਪਹਿਲਾਂ ਤਾਂ ਸਮਾਂ ਬਹੁਤ ਥੋੜ੍ਹਾ ਹੁਣ ਜੀ ਆਪਣੇ ਨਾਲ ਆਪਣੇ ਪਾਸ ਗੱਲਬਾਤ ਲਈ, ਟੂ ਦੀ ਪੁਆਇੰਟ ਗੱਲ ਕਰਦੇ ਹਾਂ। ਇਹ ਜੋ ਸਾਰੀ ਕਿਸਾਨੀ ਮੋਰਚਾ ਔਰ ਤੁਹਾਡੀ ਇਹਦੇ ਵਿੱਚ ਜਿਹੜੀ ਸ਼ਮੂਲੀਅਤ ਹੈ, ਤੁਹਾਡਾ ਵਿਜ਼ਨ ਕੀ ਹੈ ਜੀ? ਕਿੱਥੇ ਤੁਸੀਂ ਕੀ ਵੇਖਦੇ ਹੋ, ਕਿੱਥੇ ਵੇਖਦੇ ਹੋ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਦੀ ਗੱਲ ਕੀ ਹੈ? ਜਸਟ ਗਿਵ ਅਸ ਦੈਟ ਇਨਸਾਈਟ ਟੂਡੇ। ਹਾਂਜੀ, ਦੇਖੋ ਬਾਈ ਜੀ, ਗੱਲ ਐ ਆ ਵੀ ਵਿਜ਼ਨ ਮੇਰਾ ਇਕੱਲੇ ਦਾ ਨਹੀਂ ਹੈ, ਇੱਕ ਕਲੈਕਟਿਵ ਵਿਜ਼ਨ ਆ, ਪੰਜਾਬ ਦਾ ਵਿਜ਼ਨ ਆ, ਕੌਮ ਦਾ ਵਿਜ਼ਨ ਹੈਨਾ। ਤੁਸੀਂ ਇਹ ਗੱਲ ਨੂੰ ਪਹਿਲਾਂ ਸਮਝੋ ਵੀ ਸਾਡੀ ਲੜਾਈ ਜਿਹੜੀ ਆ ਨਾ, ਉਹ ਤਿੰਨ ਕਾਨੂੰਨਾਂ ਤੱਕ ਸੀਮਿਤ ਨਹੀਂ ਆ। ਪੰਜਾਬ ਨੂੰ ਇਹ ਕਲੋਨੀਅਲ ਸਟੇਟ ਦੀ ਤਰ੍ਹਾਂ ਦੇਖਦੀ ਆ ਜਿਹੜੀ ਦਿੱਲੀ ਸਰਕਾਰ ਆ। ਪੰਜਾਬ ਦੇ ਰਿਸੋਰਸਿਸ ਨੂੰ ਜਦੋਂ ਤੋਂ ਇਹ ਪਾਵਰ ਚ ਆਏ ਆ, ਉਦੋਂ ਪਹਿਲਾਂ ਗੋਰੇ ਜਦੋਂ ਬ੍ਰਿਟਿਸ਼ ਗਵਰਨਮੈਂਟ ਹੁੰਦੀ ਸੀ ਉਹ ਲੁੱਟਦੇ ਰਹੇ, ਤੇ ਜਦੋਂ ਤੋਂ ਇਹ ਪਾਵਰ ਚ ਆਏ ਆ ਇਹ ਲੁੱਟ ਰਹੇ ਆ। ਸਾਡੇ ਇੱਥੋਂ ਦੇ ਚਾਹੇ ਹਿਊਮਨ ਰਿਸੋਰਸਿਸ ਦੀ ਗੱਲ ਹੋਵੇ, ਚਾਹੇ ਇੱਥੋਂ ਦੇ ਸਾਡੇ ਇਨਵਾਇਰਮੈਂਟਲ ਜਾਂ ਸਾਡੇ ਕੋਲ ਯੂਨੋ ਐਗਰੀਕਲਚਰਲ ਰਿਸੋਰਸਿਸ ਦੀ ਗੱਲ ਹੋਵੇ, ਜਿਹੜਾ ਸਾਡੇ ਕੋਲ ਹੈਗਾ ਸਾਡੇ ਨੈਚੁਰਲ ਰਿਸੋਰਸਿਸ ਵਾਟਰ ਰਿਸੋਰਸ ਦੀ ਗੱਲ ਹੋਵੇ, ਇਹ ਹਮੇਸ਼ਾ ਹੀ ਸਾਡੇ ਤੋਂ ਲੁੱਟਦੇ ਰਹੇ ਆ। ਜੇ ਕਾਨੂੰਨ ਉਹ ਇੰਟਰਨੈਸ਼ਨਲ ਜਿਹੜੇ ਜਿਵੇਂ ਰਫੇਰੀਅਨ ਲਾਅ ਆ ਵਾਟਰ ਦਾ ਹੈ ਨਾ, ਵੀ ਪਾਣੀ ਜਿਹੜੇ ਉਹ ਸਾਡੇ ਸੂਬੇ ਚ ਦਰਿਆ ਵਗਦੇ ਆ, ਉਹ ਇਟ ਬਿਲੋਂਗਸ ਟੂ ਅਸ, ਤਾਂ ਉਹਨੂੰ ਵੀ ਚੇਂਜ ਕਰਕੇ ਨਵੇਂ ਲਾਅ ਘੜਦੇ ਨੇ, ਨਵੇਂ ਕਾਨੂੰਨ ਘੜਦੇ ਨੇ, ਤੇ ਸਾਡੇ ਪਾਣੀਆਂ ਦੀ ਵੀ ਲੁੱਟ ਲੈ ਕਰਕੇ ਲੈ ਜਾਣੀ, ਨਵਾਂ ਖੇਤੀਬਾੜੀ ਮਾਡਲ ਪੰਜਾਬ ਨੂੰ ਦੇ ਦੇਣਾ, ਇੰਟਰੋਡਿਊਸ ਕਰ ਦੇਣਾ, ਤੇ ਉਹਦੇ ਨਾਲ ਸਾਡਾ ਇਨਵਾਇਰਮੈਂਟਲ ਅੱਜ ਪਲਾਨ ਕੰਟੈਮੀਨੇਸ਼ਨ, ਵਾਟਰ ਕੰਟੈਮੀਨੇਸ਼ਨ, ਅਸੀਂ ਕਿੱਥੇ ਜਾ ਕੇ ਖੜੇ। ਸੋ ਸਾਨੂੰ ਇੱਕ ਕਲੋਨੀਅਲ ਸਟੇਟ ਦੀ ਤਰ੍ਹਾਂ ਟ੍ਰੀਟ ਕਰ ਰਹੇ ਆ। ਜਦੋਂ ਤੱਕ ਇਸ ਗੱਲ ਨੂੰ ਅਸੀਂ ਸਮਝਾਂਗੇ ਨਹੀਂ ਵੀ ਇੱਥੇ ਸਟਰਕਚਰਲ ਪ੍ਰੋਬਲਮ ਆ, ਹਨਾ, ਅਸੀਂ ਬਿਮਾਰੀ ਦੀਆਂ ਲੱਛਣਾਂ ਤੇ ਲੜੀ ਜਾਵਾਂਗੇ ਵੀ ਬਿਮਾਰੀ ਦੇ ਲੱਛਣ ਆ, ਤੇ ਬਿਮਾਰੀ ਦੇ ਲੱਛਣ ਨੂੰ ਤੁਸੀਂ ਹੁਣ ਦੱਬ ਲਓ, ਬਿਮਾਰੀ ਦੀ ਗੱਲ ਹੀ ਨਾ ਕਰੋ ਕਦੇ, ਬਿਮਾਰੀ ਜਿੱਥੋਂ ਪੈਦਾ ਹੁੰਦੀ ਆ ਉਸ ਜੜ ਨੂੰ ਪੱਟੋ ਹੀ ਨਾ, ਤੁਸੀਂ ਸਟਰਕਚਰਲ ਚੇਂਜ ਦੀ ਗੱਲ ਨਾ ਕਰੋ। ਤੁਸੀਂ ਇਹ ਕਹੋ ਤਿੰਨ ਕਾਨੂੰਨ ਵਾਪਸ ਲੈ ਲਓ, ਤਿੰਨ ਕਾਨੂੰਨ ਵਾਪਸ ਲੈ ਕੇ ਵੀ ਸਾਡਾ ਅੱਜ ਕਿਸਾਨੀ ਜਿਹੜੀ ਆ ਨਾ ਪੰਜਾਬ ਦੀ, ਉਹ ਖੁਦਕੁਸ਼ੀਆਂ ਤੇ ਕਰਜ਼ੇ ਗਲਾਂ ਚ ਪਾਈ ਬੈਠੀ ਆ। ਉਹਨਾਂ ਕੋਲੇ ਬਹੁਤ ਸਿਹਤਮੰਦ ਜ਼ਮੀਨ ਨਹੀਂ ਆ ਫਸਲਾਂ ਉਗਾਉਣ ਲਈ, ਇੱਥੇ ਅਨਾਜ ਲੋਕ ਉਗਾ ਕੇ ਮੰਡੀਆਂ ਚ ਸੁੱਟ ਦਿੰਦੇ ਆ, ਜਿਹੜਾ ਘਰਾਂ ਚ ਖਾਣਾ ਹੁੰਦਾ ਉਹ ਅੱਡ ਉਗਾਉਂਦੇ ਆ, ਉਹਦੇ ਤੇ ਰੇਹਾਂ ਸਪਰੇਆਂ ਨਹੀਂ ਕਰਦੇ। ਉਹਨਾਂ ਨੂੰ ਇੱਥੋਂ ਤੱਕ ਲੱਗ ਗਿਆ ਪਤਾ ਵੀ ਸਾਡੀ ਜ਼ਮੀਨ ਵੀ ਬਾਲੀ ਕੋਈ ਸਿਹਤਮੰਦ ਨਹੀਂ ਰਹੀ ਹੁਣ, ਇੱਥੇ ਕਦੇ ਕੈਂਸਰ ਚਮੜੀ ਰੋਗ ਕਦੇ ਨਹੀਂ ਹੁੰਦੇ ਸੀ ਸਾਡੇ, ਇੱਕ ਬੜੀ ਸਿਹਤਮੰਦ ਧਰਤੀ, ਬੜਾ ਸਿਹਤਮੰਦ ਵਾਤਾਵਰਨ ਤੇ ਪਾਣੀ। ਅੱਜ ਦਾ ਹਾਲ ਦੇਖ ਲਓ ਤੁਸੀਂ, ਫਿਰ ਵਾਟਰ ਟੇਬਲ ਦੇਖ ਲਓ, ਥੱਲੇ ਸਾਡਾ 1000 ਫੁੱਟ ਤੇ ਫਿਰਦਾ, ਕਿਸੇ 10-10 ਫੁੱਟ ਤੇ ਸੀ, ਹੁਣ ਅਸੀਂ ਕਹਿ ਰਹੇ ਹਾਂ ਲਾਉਣਾ ਬੰਦ ਕਰੋ। ਮੈਂ ਤੁਹਾਡੀ ਗੱਲ ਨਾ, ਮਾਈ ਪੁਆਇੰਟ ਇਜ਼, ਹਾਂਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਪਰ ਆਪਾਂ ਰਲਗੜ ਕਿਉਂ ਕਰ ਰਹੇ ਹਾਂ? ਇੱਕ ਬੰਦੇ ਕਿਸਾਨ ਆਪਣੀ ਜਿੰਨਾ ਉਹਨਾਂ ਦਾ ਵਿਜ਼ਨ ਹੈ, ਮੈਂ ਨਹੀਂ ਕਹਿੰਦਾ ਕਿ ਉਹਨਾਂ ਦਾ ਵਿਜ਼ਨ ਠੀਕ ਹੈ ਗਲਤ ਆ, ਲੈਟਸ ਨਾਟ ਗੋ ਦੇਅਰ, ਉਹਨਾਂ ਦਾ ਇੱਕ ਵਿਜ਼ਨ ਆ, ਉਹ ਤਿੰਨ ਅਤੇ ਉਹ ਤਿੰਨ ਆਪਣੇ ਕਾਨੂੰਨਾਂ ਤੱਕ ਦੀ ਗੱਲ ਕਰਦੇ, ਉਹਨਾਂ ਨੂੰ ਉਹਨਾਂ ਦਾ ਮੋਰਚਾ ਮੁਬਾਰਕ, ਤੁਹਾਡਾ ਵੱਡਾ ਵਿਜ਼ਨ ਹੈ, ਤੁਹਾਨੂੰ ਆ ਬਹੁਤ ਕੁਛ ਦੀਦਾ ਉਹ ਤੋਂ ਉੱਪਰ ਵੀ, ਤੇ ਤੁਸੀਂ ਇੱਕ ਸੈਪਰੇਟ ਆਪਣੀ ਮੁਹਿੰਮ ਕਿਉਂ ਨਹੀਂ ਵਿੱਢਦੇ ਜੀ? ਵਾਈ ਨਾਟ ਯੂ ਆਪਣੇ ਪੰਜਾਬੀਆਂ ਨੂੰ ਨਾਲ ਤੋਰ ਕੇ? ਹਾਂਜੀ, ਇਹਦਾ ਇਹ ਤੁਸੀਂ ਗੱਲ ਤੁਸੀਂ ਜਿਹੜੀ ਕੀਤੀ ਆ ਇਹ ਬਹੁਤ ਵਾਰੀ ਗੱਲ ਕੀਤੀ ਗਈ ਆ, ਮੈਂ ਇਹਦਾ ਜਵਾਬ ਦਿੰਦਾ ਤੁਹਾਨੂੰ। ਜਿਹੜਾ ਕਿਸਾਨੀ ਮੋਰਚਾ ਨਾ, ਜਿੱਦਾਂ ਦਾ ਕਿਸਾਨੀ ਮੋਰਚਾ ਲੱਗਿਆ, ਪਹਿਲਾਂ ਕਿਸਾਨਾਂ ਦੇ ਨਾਲ ਰਲ ਕੇ ਹੀ ਇੱਕ ਮੋਰਚੇ ਦਾ ਆਰੰਭ ਕੀਤਾ ਗਿਆ 25 ਸਤੰਬਰ ਨੂੰ, ਜਿਹੜਾ ਸ਼ੰਭੂ ਤੇ ਲਾਇਆ ਹਨਾ। ਉਦੋਂ ਬਾਅਦ ਉਹ ਇੱਕ ਦਿਨ ਦਾ ਮੋਰਚਾ ਸੀ, ਉਦੋਂ ਬਾਅਦ ਕਿਸਾਨਾਂ ਦੇ ਨਾਲ ਇਹਨਾਂ ਦੇ ਲੀਡਰਸ਼ਿਪ ਨਾਲ ਮੇਰੀ ਵੀ ਮੀਟਿੰਗ ਹੋਈ, ਜਿੱਥੇ ਉਸ ਵੇਲੇ ਸਿਰਫ MSP ਦੀ ਗੱਲ ਕਰ ਰਹੇ ਸੀ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਗੱਲ ਸਿਰਫ MSP ਦੀ ਨਹੀਂ ਆ, ਮਸਲੇ ਇਦੋਂ ਵੱਡੇ ਆ, ਸਾਡੀ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ, ਹੋਂਦ ਦੀ ਲੜਾਈ ਲੜ ਰਹੇ ਹਾਂ ਇਸ ਗੱਲ ਤੇ। ਉਹ ਕਹਿੰਦੇ ਅਸੀਂ ਤਾਂ ਵਿਚਾਰ ਹੀ ਨਹੀਂ ਕੀਤਾ। ਅੱਛਾ, ਹੌਲੀ ਹੌਲੀ ਉਹ ਇਸ ਗੱਲ ਤੇ ਆਏ। ਅਸੀਂ ਉਹਨਾਂ ਨੂੰ ਉਦੋਂ ਕਿਹਾ ਵੀ ਅਸੀਂ 4 ਅਕਤੂਬਰ ਤੋਂ, ਕਿਉਂਕਿ 4 ਅਕਤੂਬਰ ਤੋਂ ਪੱਕੇ ਮੋਰਚੇ ਲੱਗਣੇ ਸੀ ਪੰਜਾਬ, ਵੀ ਅਸੀਂ ਸ਼ੰਭੂ ਪੱਕਾ ਮੋਰਚਾ ਲਾਵਾਂਗੇ। ਕਹਿੰਦੇ ਠੀਕ ਆ ਜੀ। 3 ਅਕਤੂਬਰ ਨੂੰ ਮੈਨੂੰ ਦਰਸ਼ਨਪਾਲ ਜੀ ਦੀ ਫੋਨ ਆਉਂਦਾ, ਜਦੋਂ ਆਪਾਂ ਅਨਾਊਂਸ ਕਰਕੇ ਬੈਠੇ ਹਾਂ, ਸਾਰੇ ਕਿਤੇ ਇਹ ਗੱਲ ਗਈ ਹੋਈ ਆ ਸੰਗਤ ਚ ਵੀ ਉੱਥੇ ਮੋਰਚਾ ਲੱਗ ਰਿਹਾ ਸ਼ੰਭੂ ਤੇ, ਕਹਿੰਦੇ ਨਾ ਲਾਓ ਜੀ 3 ਅਕਤੂਬਰ ਸ਼ਾਮ ਨੂੰ। ਮੈਂ ਉਹਨਾਂ ਨੂੰ ਕਿਹਾ ਜੀ ਇਟਸ ਟੂ ਲੇਟ ਨਾਓ, ਹਾਊ ਕੈਨ ਵੀ ਬੈਕ ਆਫ। ਕਹਿੰਦੇ ਫਿਰ ਅਸੀਂ ਤਾਂ ਤੁਹਾਡੇ ਉਲਟ ਚੱਲਾਂਗੇ, ਅਸੀਂ ਲਾਈਨ ਤੇ ਮੋਰਚਾ ਲਾਵਾਂਗੇ। ਮੈਂ ਕਿਹਾ ਜੀ ਆਈ ਕੈਨੋਟ ਬੈਕ ਆਫ। ਕਹਿੰਦੇ ਸਾਰੇ ਕਲਾਕਾਰ ਵੀ ਸਾਡੇ ਕੋਲੇ ਖੜੇ ਆ। ਮੈਂ ਕਿਹਾ ਜੀ ਦੇਖੋ ਖੜੇ, ਉਹ ਮੈਟਰ ਨਹੀਂ ਕਰਦੀ ਗੱਲ ਇੱਥੇ ਗਿਣਤੀਆਂ ਮਿੰਟੀਆਂ ਦੀ, ਇੱਥੇ ਨੈਰੇਟਿਵ ਕੀ ਦੇਣਾ ਅੱਜ ਉਹ ਮੈਟਰ ਕਰਦਾ। ਤੇ ਮੈਂ ਇੱਕ ਪੈਰਲਰ ਮੋਰਚਾ
ਸਾਡੇ ਜਿਹੜੇ ਹੋਰ ਬੰਦੇ ਨਾਲ ਸੀ ਉਹਨਾਂ ਨੇ ਇੱਕ ਪੈਰਲਰ ਮੋਰਚਾ ਲਾ ਕੇ ਚਲਾਇਆ ਜੀ, ਇੱਕ ਨੈਰੇਟਿਵ ਦਿੱਤਾ, ਇਸ ਸੰਘਰਸ਼ 'ਚ ਆਪਦੀ ਕੰਟਰੀਬਿਊਸ਼ਨ ਦਿੱਤੀ ਆ ਸੀ, ਹੈ ਨਾ। ਫਿਰ ਜਿੱਦਾਂ ਦਿੱਲੀ ਜਾਣਾ ਸੀ, ਇਹ ਸ਼ੰਭੂ ਤੇ ਰਾਜੇਵਾਲ ਸਾਹਿਬ ਲੋਕਾਂ ਨੂੰ ਉੱਥੇ ਕਹਿੰਦੇ ਰਹੇ, ਨਹੀਂ ਜੀ ਸ਼ੰਭੂ ਹੀ ਬਹਿ ਜਾਓ, ਸ਼ੰਭੂ ਹੀ ਬਹਿ ਜਾਓ। ਸਾਡੇ ਬੰਦਿਆਂ ਨੇ ਪਹਿਲਾਂ ਬੈਰੀਕੇਡ ਤੋੜੇ 26 ਨਵੰਬਰ ਨੂੰ, ਸ਼ੰਭੂ ਮੋਰਚਾ ਟੁੱਟਿਆ ਤੇ ਮੁੜ ਕੇ ਉਹ ਪਿਰਤ ਪੈ ਗਈ, ਸਾਰੇ ਤੁਰ ਪਏ। ਉਦੋਂ ਪਹਿਲਾਂ ਪਿਰਤ ਉਹ ਚੜੂਨੀ ਸਾਹਿਬ ਨੇ 25 ਤਰੀਕ ਨੂੰ ਹਰਿਆਣੇ 'ਚ ਪਾ ਦਿੱਤੀ, ਸਾਰੇ ਦਿੱਲੀ ਵੱਲ ਨੂੰ ਤੁਰ ਪਏ। ਅਸੀਂ ਦਿੱਲੀ ਜਾ ਕੇ ਮੋਰਚੇ ਲਾਤੇ, ਉੱਥੇ ਇਹ ਲੀਡਰਸ਼ਿਪ 2 ਦਿਨ ਬਾਅਦ ਆਈ ਆ। ਫਿਰ ਵੀ ਅਸੀਂ ਸਤਿਕਾਰ ਸਹਿਤ ਇਹਨਾਂ ਨੂੰ ਕਿਹਾ ਵੀ ਤੁਸੀਂ ਸਟੇਜ ਲਾਓ ਜੀ, ਤੁਹਾਡੇ ਨਾਲ। ਇਹਨਾਂ ਨੇ ਕਿਹਾ ਤੁਹਾਨੂੰ ਸਟੇਜ ਤੋਂ ਕਦੇ ਅਸੀਂ ਬੋਲਣ ਨਹੀਂ ਦੇਣਾ, ਅਸੀਂ ਕਿਹਾ ਨਹੀਂ ਬੋਲਣ ਦਿਓ। ਉੱਥੇ ਜਾ ਕੇ ਅਸੀਂ ਇਹ ਗੱਲ ਕਹੀ ਵੀ ਹੁਣ ਅਸੀਂ ਵੱਖਰੇ ਨਹੀਂ ਆ, ਕੋਈ ਵੱਖਰੀ ਸਟੇਜ ਨਹੀਂ ਲਾਉਣੀ, ਸਾਡਾ ਮਕਸਦ ਇੱਕ ਆ, ਅੱਜ ਸਰਕਾਰ ਨਾਲ ਲੜ ਰਹੇ ਹਾਂ, ਕੋਈ ਨਹੀਂ ਅੱਜ 3 ਕਾਨੂੰਨਾਂ ਤੱਕ ਹੀ ਲੜਦੇ ਹਾਂ। ਉੱਥੋਂ ਉੱਥੇ ਅਸੀਂ 3 ਕਾਨੂੰਨਾਂ ਲਈ ਲੜੇ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਪ੍ਰੋਬਲਮ ਕੀ ਆ ਉਹ ਗੱਲ ਕਰਨੀ ਛੱਡ ਦਈਏ। ਉੱਥੇ ਮੈਂ ਕਦੇ ਇਹ ਗੱਲ ਨਹੀਂ ਕਹੀ ਵੀ ਨਹੀਂ ਤੁਸੀਂ ਮੰਗਾਂ ਵਧਾ ਕੇ ਰੱਖੋ। ਮੇਰਾ ਇੱਕ ਇੰਟਰਵਿਊ, ਇੱਕ ਕੋਈ ਇਹੋ ਜਿਹਾ ਬਿਆਨ ਦਿਖਾ ਦਿਓ, ਮੈਂ ਉਹਨਾਂ ਨੂੰ ਕਿਹਾ ਨਹੀਂ ਸਾਡੀਆਂ ਤਾਂ ਮੰਗਾਂ ਔਰ ਆਹ ਹੋਣੀਆਂ ਚਾਹੀਦੀਆਂ। ਮੈਂ ਉਹਨਾਂ ਨੂੰ ਉਲਟਾ ਇਹ ਕਿਹਾ ਵੀ ਤੁਸੀਂ ਵੱਧ ਮੰਗਾਂ ਮੰਗੀ ਜਾਂਦੇ ਹੋ, ਅਸੀਂ ਸੰਘਰਸ਼ੀ ਬੰਦਿਆਂ ਨੇ ਆਪਦੀ ਜਿਹੜੀ ਵਿਕਟਰੀ ਆ ਉਹ ਆਪ ਕ੍ਰੀਏਟ ਕਰਨੀ ਹੁੰਦੀ ਆ। ਅਸੀਂ ਜਿੱਥੇ ਅੱਜ ਜਾ ਕੇ ਖੜ ਗਏ, ਜਿਹੜਾ ਨੈਰੇਟਿਵ ਫਿਰ ਕੀਤਾ ਵੀ ਰੱਦ ਕਰੋ ਜਾਂ ਗੋਲੀ ਮਾਰੋ, ਇਹ ਸਰਕਾਰ ਨੇ ਸਾਨੂੰ ਕਦੇ ਵੀ ਪਲੈਟਰ ਤੇ ਵਿਕਟਰੀ ਨਹੀਂ ਦੇਣੀ। ਅੱਜ ਸਾਡਾ ਪਲੜਾ ਭਾਰੀ ਆ, ਅੱਜ ਜੋ ਸਾਨੂੰ ਮਿਲਦਾ ਅਸੀਂ ਇੱਕ ਵਾਰੀ ਇਹ ਲੈ ਕੇ ਸੈਂਸ ਆਫ ਵਿਕਟਰੀ ਦਿਓ ਲੋਕਾਂ ਨੂੰ। ਇਹ 10th of December ਨੂੰ ਮੈਂ ਆਪਦੇ ਮੇਰੇ ਫੇਸਬੁੱਕ ਤੇ ਵੀ ਪਈ ਆ, ਤੇ ਸੈਂਸ ਆਫ ਵਿਕਟਰੀ ਜੇ ਆਪਾਂ ਲੋਕਾਂ ਨੂੰ ਦੇਤੀ ਨਾ, ਤਾਂ ਅਗਲੀ ਵਾਰੀ ਸਾਡੇ ਨਾਲ ਹੋਰ ਪਤਾ ਨਹੀਂ ਕਿੰਨੇ ਲੱਖਾਂ ਬੰਦਿਆਂ ਨੇ ਤੁਰ ਪੈਣਾ, ਇੱਕ ਰੈਵੋਲਿਊਸ਼ਨ ਆ ਜਾਣਾ। ਪਰ ਮੈਂ ਤੁਹਾਡੀ ਗੱਲ ਨੂੰ ਪੂਰੀ ਗੱਲ ਕਰੀਏ ਜੀ। ਹਾਂਜੀ ਪੂਰੀ ਗੱਲ ਮੈਂ ਤੁਹਾਡੀ। ਹਾਂਜੀ ਹਾਂਜੀ ਹੁਣ ਵੀ ਉਦੋਂ ਬਾਅਦ ਮੇਰੇ ਅਗੇਂਸਟ, ਮੈਂ ਇੱਕ ਇਕੱਲਾ ਬੰਦਾ ਬੋਲਦਾ, ਮੇਰੇ ਅਗੇਂਸਟ ਮਲਟੀਪਲ ਪੁਆਇੰਟ ਸਿਸਟਮ ਚਲਾ ਦਿੱਤਾ ਜਾਂਦਾ। ਇਹ ਤਾਂ ਦੇਖੋ ਜੀ ਵਰਗਲਾ ਕੇ ਕਰਾਉਂਦਾ ਗੱਲਾਂ, ਇਹ ਤਾਂ ਵੱਧ ਅਧਿਕਾਰਾਂ ਦੀਆਂ ਗੱਲਾਂ ਕਰ ਰਿਹਾ। ਨਹੀਂ, ਵੱਧ ਅਧਿਕਾਰਾਂ ਦੀ ਗੱਲ ਉਹ ਇੱਕ ਨੈਰੇਟਿਵ ਦੀ ਕਰ ਰਹੇ ਹਾਂ ਅਸੀਂ, ਪਰ ਕਿਸਾਨੀ ਸੰਘਰਸ਼ ਸਾਡਾ 3 ਬਿੱਲਾਂ ਤੱਕ ਸੀਮਤ ਆ, ਇਹ ਹਮੇਸ਼ਾ ਹੀ ਆਪਾਂ ਗੱਲ ਕੀਤੀ ਜੇ ਕਿਸਾਨੀ ਮੋਰਚੇ ਨਾਲ ਜਾਂ ਉਹਨਾਂ ਪ੍ਰਬੰਧਕਾਂ ਨਾਲ ਤੁਹਾਡਾ ਵਖਰੇਵਾਂ ਸ਼ੁਰੂ ਤੋਂ ਹੋ ਗਿਆ, ਸ਼ੰਭੂ ਬਾਰਡਰ ਤੋਂ ਹੋ ਗਿਆ। ਤੁਸੀਂ ਤੁਸੀਂ ਆਪ ਹੀ ਇਹ ਗੱਲ ਕਹੀ ਕਿ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਅਸੀਂ ਤੁਹਾਡੇ ਖਿਲਾਫ ਚੱਲਾਂਗੇ, ਉਹ ਨਹੀਂ ਕਹਿਤਾ, ਮੈਂ ਗੱਲ ਮੰਨ ਲਈ ਤੁਹਾਡੀ। ਅਤੇ ਤੁਸੀਂ ਕਿਸਾਨੀ ਮੋਰਚੇ ਤੋਂ ਆਪਣੇ ਆਪ ਨੂੰ ਅਲੀਹਦਾ ਕਰਕੇ, ਜਿਹੜਾ ਤੁਹਾਡਾ ਵਿਜ਼ਨ ਆ ਬੜਾ ਕਮਾਲ ਦਾ, ਕਿ ਪਾਣੀਆਂ ਦਾ ਵੀ ਇਨਸਾਫ ਲੈ ਕੇ ਦਿਆਂਗੇ, ਜ਼ਮੀਨਾਂ ਨੂੰ ਵੀ ਜ਼ਹਿਰੀ ਹੋਣ ਤੋਂ ਬਚਾਵਾਂਗੇ, ਅਤੇ ਜਿਹੜਾ ਕਲੋਨੀਅਲ ਇੱਕ ਅਪਰੋਚ ਹੈ ਇੰਡੀਆ ਦੀ ਪੰਜਾਬ ਦੇ ਖਿਲਾਫ, ਉਹਨੂੰ ਖਤਮ ਕਰਾਂਗੇ। ਅਤੇ ਤੁਸੀਂ ਇਹਦੇ 'ਤੇ ਆਪਣਾ ਵੱਖਰਾ ਮੋਰਚਾ ਕਿਉਂ ਨਹੀਂ ਕੱਢਦੇ ਜੀ? ਕੀ ਰੀਜ਼ਨ ਆ ਤੁਹਾਨੂੰ ਤੁਸੀਂ ਲੈ? ਇਹ ਵੀ ਗੱਲ ਤੁਹਾਡੀ ਸਹੀ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਉਦੋਂ ਤੱਕ ਆਪਾਂ ਜਿਹੜਾ ਮੋਰਚਾ ਲਾਇਆ ਨਾ, ਮੋਰਚਾ ਸ਼ੰਭੂ ਮੋਰਚਾ ਵੀ ਲਾਇਆ, ਉੱਥੇ ਨੈਰੇਟਿਵ ਆਪਾਂ ਸਾਰਾ ਦਿੱਤਾ, ਪਰ ਆਪਾਂ ਇਹ ਕਿਹਾ ਵੀ ਅਸੀਂ ਕਿਸਾਨੀ ਸੰਘਰਸ਼ ਤੋਂ ਵੱਖਰੇ ਨਹੀਂ ਆ। ਤੁਸੀਂ ਅੱਜ ਜਿਹੜੀ ਗੱਲ ਕਹਿ ਰਹੇ ਹੋ ਨਾ ਵੀ ਆਪਾਂ ਵੱਖਰਾ ਮੋਰਚਾ ਲਾ ਲਈਏ, ਕੋਈ ਪ੍ਰੋਬਲਮ ਨਹੀਂ ਸੀ ਵੱਖਰਾ ਮੋਰਚਾ ਲਾ ਲੈਂਦੇ। ਔਰ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਉਹ ਵੱਖਰੇ ਮੋਰਚੇ ਤੇ ਵੀ ਲੋਕਾਂ ਨੇ ਆਉਣਾ ਸੀ, ਕਿਉਂਕਿ ਸ਼ੰਭੂ ਮੋਰਚੇ ਤੇ ਇਸ ਨੈਰੇਟਿਵ ਨਾਲ ਹੀ ਆਏ ਸੀ। ਸ਼ੰਭੂ ਮੋਰਚਾ ਇੱਕ ਸਕਸੈਸਫੁਲ ਮੋਰਚਾ ਸੀ, ਤੇ ਅੱਜ ਜਦ ਜਿੱਥੇ ਮੈਂ ਪਿੰਡਾਂ 'ਚ ਜਾਂਦਾ ਉਸ ਨੈਰੇਟਿਵ 'ਤੇ ਹੀ ਲੋਕ ਇਕੱਠ ਕਰਦੇ ਆ। ਪਰ ਉੱਥੋਂ ਗੱਲ ਕੀ ਤੁਰ ਪੈਣੀ ਸੀ ਵੀ ਇਹ ਦੇਖੋ ਮੋਰਚੇ ਨੂੰ 2 ਫੜ ਕਰਨ ਵਾਸਤੇ ਖੜੇ ਹੋ ਗਏ, ਕਿਸੇ ਪਾਸੇ ਵੀ ਨਹੀਂ ਬਖਸ਼ੇ ਜਾਣੇ। ਉਹ ਤਾਂ ਇਲਜ਼ਾਮ ਹੁਣ ਵੀ ਲੱਗ ਗਿਆ, ਕੱਢਦੇ ਆ ਉਹ ਤਾਂ ਇਲਜ਼ਾਮ ਸਿੱਧੂ ਸਾਹਿਬ ਹੁਣ ਵੀ ਲੱਗਦਾ, ਉਹ ਤਾਂ 26 ਤਰੀਕ ਦਾ ਵੀ ਲੱਗ ਗਿਆ ਕਿ ਅਕਾਲ ਜਿਹੜਾ ਰੈੱਡ ਫੋਰਟ 'ਤੇ ਗਏ ਨੇ, ਜਿਹੜਾ ਤੁਹਾਡੀਆਂ ਫੋਟੋ ਵਾਇਰਲ ਹੋਈਆਂ, ਤੁਹਾਡਾ ਮੋਟਰਸਾਈਕਲ 'ਤੇ ਜਾਂਦੇ ਨੇ ਫੋਟੋ ਵਾਇਰਲ, ਉਹ ਤਾਂ ਫਿਰ ਵੀ ਲੱਗ ਗਿਆ ਇਲਜ਼ਾਮ ਕਿ ਇਹ ਤਾਂ ਜੀ ਬੀਜੇਪੀ ਦੇ ਹੱਥ ਟੋਕੇ ਸੀਗੇ। ਇਲਜ਼ਾਮ ਮੈਂ ਤੁਹਾਨੂੰ ਇਹ ਜਿਹੜੇ ਬੰਦੇ ਨੂੰ ਸੱਚ ਦੀ ਹਜੇ ਤੱਕ ਸਮਝ ਨਹੀਂ ਹੈ ਨਾ, ਉਹਨੂੰ ਸਿਰਫ ਉਹ ਇਲਜ਼ਾਮ ਦੇ ਤੌਰ 'ਤੇ ਇਸ ਗੱਲ ਨੂੰ ਦੇਖਦਾ। ਨਹੀਂ, ਤੁਸੀਂ ਗੱਲ ਕੀਤੀ ਹੈ ਕਿ ਮੇਰੇ 'ਤੇ ਇਲਜ਼ਾਮ ਲੱਗ ਜਾਣਾ ਸੀ, ਮੈਂ ਤੈਨੂੰ ਇੰਨੀ ਗੱਲ ਹੀ ਕਹੀ, ਉਹ ਤਾਂ ਲੱਗ ਚੁੱਕਾ। ਨਹੀਂ, ਇਹ ਗੱਲ ਪੱਕੀ ਆ, ਜੇ ਅੱਜ ਕੋਈ ਵੱਖਰੀ ਸਟੇਜ ਲਾ ਕੇ ਕੁਝ ਸ਼ੁਰੂ ਕਰ ਦਈਏ ਨਾ, ਦੇਖੋ ਤੁਸੀਂ ਬਾਪੂ ਡਿਬਡਿਬਾ ਜੀ ਨੇ ਵੱਖਰੀ ਸਟੇਜ ਲਾ ਕੇ 1 ਦਿਨ ਸਿਰਫ ਉੱਥੇ ਨਵਰੀਤ ਨੂੰ ਸ਼ਰਧਾਂਜਲੀ ਦਿੱਤੀ। ਤੁਸੀਂ ਬਿਆਨ ਪੜ੍ਹ ਲਓ ਉਹਨਾਂ ਦੇ ਕੀ ਆਉਂਦੇ ਆ, ਰਾਜੇਵਾਲ ਸਾਹਿਬ ਦੇ ਬਿਆਨ ਆਉਂਦੇ ਆ ਵੀ 26 ਤਰੀਕ ਵਾਲੀਆਂ ਜਿਹੜੀਆਂ ਫੋਰਸਿਸ ਸੀ ਉਹ ਫਿਰ ਐਕਟਿਵ ਹੋ ਗਈਆਂ, ਜਿਵੇਂ ਕੋਈ ਐਂ ਮਤਲਬ ਬੰਦੇ ਐਂ ਹੀ ਫਿਰਦੇ। ਯਾਰ ਨਵਰੀਤ ਉਸ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਇਆ ਸਾਡਾ, 1 ਦਿਨ ਕਿਉਂ ਉਹ ਕਿਉਂ ਕਰਨਾ ਪਿਆ ਉਹਨਾਂ ਨੂੰ? ਕਿਉਂਕਿ ਜਿਹੜੀ ਸਟੇਜ ਤੇ ਬਾਪੂ ਡਿਬਡਿਬਾ ਜੀ ਮੇਨ ਸਟੇਜ ਤੇ ਜਾ ਕੇ ਕਹਿੰਦੇ ਯਾਰ ਉਹ 6 ਮਹੀਨੇ ਹੋ ਗਏ ਨਵਰੀਤ ਨੂੰ, ਉਹਦੀ ਸ਼ਹਾਦਤ ਨੂੰ ਸ਼ਰਧਾਂਜਲੀ ਤਾਂ ਦਈਏ, ਕਹਿੰਦੇ ਫਿਰ ਤਾਂ ਐਂ ਪਤਾ ਨੀ ਕਿੰਨੀਆਂ ਕਿਨੂੰ ਸ਼ਰਧਾਂਜਲੀ ਦੇਈ ਜਾਵਾਂਗੇ ਅਸੀਂ। ਤੁਸੀਂ ਇਸ ਗੱਲ ਨੂੰ ਜੇ ਨਹੀਂ ਸਮਝੋਗੇ ਵੀ ਲੀਡਰਸ਼ਿਪ ਕਿਸ ਤਰ੍ਹਾਂ ਸੈਕਟੇਰੀਅਨ ਹੋ ਰੱਖੀ ਆ, ਹਨਾ, ਅਸੀਂ ਫਿਰ ਵੀ ਉਹਨਾਂ ਦੀ ਇੱਜ਼ਤ ਕਰ ਰਹੇ ਹਾਂ, ਅਸੀਂ ਫਿਰ ਵੀ ਕਹਿ ਰਹੇ ਹਾਂ ਸਾਡੇ ਬਜ਼ੁਰਗ ਆ ਉਹ, ਅਸੀਂ ਸਾਨੂੰ ਕੋਈ ਲੀਡਰਸ਼ਿਪ ਨਹੀਂ ਚਾਹੀਦੀ, ਕੋਈ ਸਟੇਜ ਨਹੀਂ ਚਾਹੀਦਾ, ਕੁਛ ਸਾਡੀਆਂ ਮੰਗਾਂ ਨਹੀਂ।
ਇੱਕ ਗੱਲ ਹੀ ਆਪਾਂ ਕੀਤੀ ਸੀ ਨਾ ਵੀ ਅਸੀਂ ਨੈਰੇਟਿਵ ਹੀ ਥਰੋ ਕਰ ਰਹੇ ਸੀ ਨਾ, ਹੋਰ ਤਾਂ ਕੁਛ ਨੀ। ਪਰ ਗੱਲ ਇੰਨੀ ਹੈ ਸਿੱਧੂ ਸਿੱਧੂ ਸਾਹਿਬ ਅੰਡਰਸਟੈਂਡ ਕਰਨ ਦੀ ਕਿ ਜਿਵੇਂ ਮੋਦੀ ਸਾਹਿਬ ਕਹਿੰਦੇ, ਜਿਵੇਂ ਮੋਦੀ ਸਾਹਿਬ ਕਹਿੰਦੇ ਵੀ ਬਾਅਦ ਚ ਆਉਣੇ ਆਪਾਂ, ਮੋਦੀ ਸਾਹਿਬ ਦਾ ਕੁਛ ਵੀ ਕਹੀ ਜਾਂਦੇ ਆ ਉਹ ਕੋਈ ਮਤਲਬ ਹੀ ਨੀ ਆ ਉਹਨਾਂ ਦਾ, ਉਹ ਤਾਂ ਨਿਰਦਈ ਤੇ ਜ਼ਾਲਮ ਲੋਕ ਆ, ਉੱਥੇ ਆਉਣੇ ਆਪਾਂ। ਪਹਿਲਾਂ ਇੱਥੇ ਰਹੀਏ ਆਪਾਂ ਗੱਲ ਤੇ। 26 ਜਨਵਰੀ ਦੀ ਗੱਲ ਤੁਸੀਂ ਕਰਦੇ ਹੋ, 26 ਜਨਵਰੀ ਨੂੰ ਕਿਸਾਨ ਯੂਨੀਅਨ ਦੇ ਸਾਰੇ ਬੰਦੇ ਜਥੇਬੰਦਕ ਢਾਂਚੇ ਚੋਂ ਲਾਲ ਕਿਲੇ ਤੇ ਪਹਿਲਾਂ ਗਾਜ਼ੀਪੁਰ ਬਾਰਡਰ ਤੋਂ ਪਹੁੰਚਦੇ ਆ ਟਕੈਤ ਸਾਹਿਬ ਦਾ ਗਰੁੱਪ, ਫਿਰ ਸਿੰਘੂ ਬਾਰਡਰ ਤੋਂ ਪਹੁੰਚਦਾ ਰਾਜੇਵਾਲ ਸਾਹਿਬ, ਚੜੂਨੀ ਸਾਹਿਬ ਦਾ ਗਰੁੱਪ, ਠੀਕ ਹੈ, ਸਾਰੇ ਵੀਡੀਓਜ਼ ਪਏ ਆ। ਤੇ ਦੀਪ ਸਿੱਧੂ ਨੂੰ ਇੱਕ ਅੱਗੇ ਲਾ ਕੇ, ਦੀਪ ਸਿੱਧੂ ਨੂੰ ਇਹ ਕਰ ਦਿੱਤਾ ਜਾਂਦਾ ਵੀ ਇਹ ਵਰਗਲਾ ਕੇ ਲੈ ਗਿਆ। ਅੱਛਾ, ਚਾਰੇ ਪਾਸਿਓਂ ਹੀ ਵਰਗਲਾ ਕੇ ਲੈ ਗਿਆ, ਗਾਜ਼ੀਪੁਰ ਚੋਂ ਵੀ ਵਰਗਲਾ ਕੇ ਲੈ ਗਿਆ, ਰਾਜਸਥਾਨ ਵਾਲੇ ਪਾਸਿਓਂ ਵੀ ਲੈ ਗਿਆ, ਫਿਰ ਟਿਕਰੀ ਵਾਲੇ ਪਾਸੋਂ ਵੀ ਲੈ ਗਿਆ, ਤੇ ਸਿੰਘੂ ਵਾਲੇ ਪਾਸੋਂ ਵੀ ਲੈ ਗਿਆ। ਫਿਰ ਤਾਂ ਲੀਡਰ ਮੈਂ ਹੋਣਾ ਚਾਹੀਦਾ ਮੋਰਚੇ ਦਾ। ਫਿਰ ਦੀਪ ਸਿੱਧੂ ਜੇਲਾਂ ਕੱਟ ਕੇ ਆਉਂਦਾ, ਉਹਦੇ ਤੇ ਵੀ ਸਵਾਲ ਉੱਠਦੇ ਆ। ਤੁਹਾਡੀ ਮਾਨਸਿਕਤਾ ਤੁਹਾਨੂੰ ਪਤਾ ਹੀ ਨੀ ਲੱਗ ਰਿਹਾ, ਆਪਣੇ ਜਿਹੜੇ ਲੋਕ ਬਾਹਰ ਵੀ ਬੈਠੇ ਆ, ਵੀ ਇੱਕ ਸਾਈਕੋਲੋਜੀਕਲ ਵਾਰਫੇਅਰ ਵੀ ਹੁੰਦੀ ਆ ਜਿਹੜੀ ਸਟੇਟ ਸਾਡੇ ਨਾਲ ਲੜਦੀ ਆ, ਉਹ ਸਾਈਕੋਲੋਜੀਕਲ ਵਾਰਫੇਅਰ ਚ ਆਹ ਜਿਹੜਾ ਨੈਰੇਟਿਵ ਆ ਨਾ, ਇਸ ਕਰਕੇ ਜਿੱਤ ਰਹੇ ਆ। ਤੁਸੀਂ ਜਦੋਂ ਤੱਕ ਇਹ ਤੁਹਾਨੂੰ ਸਮਝ ਆਉਣੀ ਚਾਹੀਦੀ ਆ, ਜਦੋਂ ਇਹ ਮੋਰਚਾ ਲੜਿਆ ਗਿਆ, ਇਹ ਲੜਿਆ ਗਿਆ ਯੂਥ ਕਰਕੇ, ਤੇ ਯੂਥ ਤੇ ਜਿੰਨਾ ਹਮਲਾ ਸਾਡੀ ਲੀਡਰਸ਼ਿਪ ਨੇ ਕੀਤਾ, ਉਹ ਨੁਕਸਾਨ ਕਿਹਦਾ ਹੋਇਆ? ਮੋਰਚੇ ਦਾ ਹੋਇਆ, ਕਿਉਂਕਿ ਉੱਥੇ ਯੂਥ ਹੀ ਨੀ ਰਹਿ ਗਿਆ। ਜਿਹੜਾ ਲੜਨ ਵਾਲਾ ਯੂਥ ਸੀ, ਪੰਗਾ ਸਟੇਟ ਨਾਲ ਐਨ ਸਿਰ ਮੱਥੇ ਲਈ ਫਿਰਦਾ ਸੀ, ਕੋਈ ਡਰ ਨਹੀਂ ਸੀ। ਇਸ ਸਟੇਟ ਇਹ ਜਿਹੜਾ ਇਹੋ ਹੀ ਅਨਫੋਰਚੂਨੇਟ ਪਾਰਟ ਆ ਜਿਹੜਾ ਤੁਸੀਂ ਹੁਣ ਕਿਹਾ ਕਿ ਇਸ ਸਟੇਟ ਵਰਸਿਸ ਜਿਹੜੀ ਕਾਨੂੰਨਾਂ ਦੀ ਲੜਾਈ, ਜਿਹੜੀ ਇੱਕ ਕਿਸਾਨੀ ਮੋਰਚੇ ਲੜਾਈ, ਉਹ ਲੜਾਈ ਘਰੇਲੂ ਲੜਾਈ ਬਣ ਗਈ। ਯੂਥ ਵਰਸਿਸ ਜਿਹੜੇ ਸੀਨੀਅਰਸ ਔਰ ਮੋਰਚਾ ਵਰਸਿਸ ਜਿਹੜੇ ਮੋਰਚੇ ਦੇ ਆਗੂ ਵਰਸਿਸ ਜਿਹੜੇ ਯੂਥ ਲੀਡਰ, ਔਰ ਜਿੰਨਾ ਨੁਕਸਾਨ ਇਸ ਚੀਜ਼ ਨੇ ਇਸ ਮੋਰਚੇ ਦਾ ਕੀਤਾ, ਉਹ ਮੋਦੀ ਸਾਹਿਬ ਵੀ ਨਹੀਂ ਕਰ ਸਕੇ। ਉਹਨੇ ਬੜੀ ਕੋਸ਼ਿਸ਼ ਕੀਤੀ ਇਸ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ। ਸ਼ਾਹੀਨ ਇੱਕ ਹੁਣ ਮੇਰਾ ਸਵਾਲ ਤਾਂ ਸੁਣ ਲਓ, ਸ਼ਾਹੀਨ ਬਾਗ ਦੀ ਤਰ੍ਹਾਂ ਜਿਹੜਾ ਜਦੋਂ ਵਿਅਕਤੀ, ਮੈਂ ਤਾਂ ਇੱਕ ਗੱਲ ਦਾ ਧਾਰਨੀ ਹਾਂ ਜੀ ਕਿ ਜਦੋਂ ਕੋਈ ਵੀ ਲੜਾਈ ਲੜੀ ਜਾਂਦੀ ਹੈ, ਡਜ਼ ਨਾਟ ਮੈਟਰ ਕਿਹੜੀ ਲੜਾਈ ਹੈ, ਜੇ ਉਸ ਲੜਾਈ ਦੇ ਵਿੱਚ ਇੱਕ ਵਖਰੇਵਾਂ ਹੈ ਅਤੇ ਆਪਣਾ ਵੱਖਰਾ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਵੱਖਰਾ ਘਰ ਬਣਾ ਕੇ ਆਪਣੀ ਲੜਾਈ ਵੱਖਰੀ ਲੜ ਲਓ, ਪਰ ਉਹ ਜਿਹੜਾ ਉਹਨਾਂ ਦਾ ਵਿਜ਼ਨ ਹੈ, ਉਹਨਾਂ ਨੂੰ ਸਲਾਮਤ ਰਹਿਣ ਦਿਓ, ਉਹਨਾਂ ਨੂੰ ਮੁਬਾਰਕ ਉਹਨਾਂ ਦਾ ਵਿਜ਼ਨ, ਉਹਨਾਂ ਨੂੰ ਕਰਨ ਦਿਓ ਜੋ ਕਰਦੇ ਆ, ਕੁਛ ਲੈ ਗਏ ਠੀਕ ਹੈ, ਨਾ ਲੈ ਕੇ ਗਏ ਅਤੇ ਉਹਨਾਂ ਦੀ ਜ਼ਿੰਮੇਵਾਰੀ ਹੈ 31 ਲੀਡਰਾਂ ਦੀ। ਮੈਂ ਤੈਨੂੰ ਇੱਕ ਗੱਲ ਦੱਸਦਾ ਜੀ, ਇਹ ਗੱਲ ਕਦੇ ਵੀ ਨਹੀਂ ਕਹੀ ਵੀ ਅਸੀਂ, ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਵਖਰੇਵਾਂ ਜ਼ਰੂਰ ਹੋ ਸਕਦਾ, ਪਰ ਉਹਨਾਂ ਤੋਂ ਵੱਖ ਕਦੇ ਨਹੀਂ ਚੱਲੇ। ਅੱਜ ਤੱਕ ਇਹ ਗੱਲ ਕਹਿੰਦੇ ਆ ਰਹੇ ਹਾਂ ਅਸੀਂ ਉਹਨਾਂ ਦੇ ਸੋਲਜਰ ਹਾਂ, ਸਾਡੇ ਨਾਲ ਬੈਠ ਕੇ ਤਾਂ ਗੱਲ ਕਰਨ। ਤੁਹਾਨੂੰ ਪਤਾ ਆਜ਼ਾਦੀ ਦਾ ਸਾਡੀ ਲੜਾਈ ਲੜੀ ਜਾਂਦੀ ਸੀ, ਇੱਕ ਪਾਸੇ ਸਾਡਾ ਹਰ ਲਹਿਰ 'ਚ ਵਖਰੇਵਾਂ ਹੋਊਗਾ, ਹਰ ਲਹਿਰ 'ਚ ਵੱਖ ਵੱਖ ਤਰ੍ਹਾਂ ਦੀਆਂ ਵਹਿਣ ਜਿਹੜੇ ਵਹਿਣਗੇ। ਭਗਤ ਸਿੰਘ ਵਰਗੇ ਅੱਡ ਲੜ ਰਹੇ ਸੀ, ਉਹ ਵੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਬੱਬਰ ਅਕਾਲੀ ਅੱਡ ਲੜ ਰਹੇ ਸੀ, ਗਦਰੀ ਬਾਬੇ ਅੱਡ ਲੜ ਰਹੇ ਸੀ, ਗਾਂਧੀ ਵਰਗੇ ਅੱਡ ਲੜ ਰਹੇ ਸੀ ਆਪਦੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਖੜਾ ਕਰਕੇ, ਹਨਾ, ਇਸੇ ਕਰ ਮੁਸਲਿਮ ਲੀਗ ਆਪਦੀ ਅੱਡ ਲੜ ਰਹੀ ਸੀ। ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਰ ਉਹਨਾਂ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਸੀ, ਇੱਥੇ ਤਾਂ ਕੋਈ ਸਪੇਸ ਹੀ ਨਹੀਂ ਆ। ਨਹੀਂ, ਪਰ ਇੱਕ ਸਿਚੁਏਸ਼ਨ ਇਹ ਆ ਵੀ ਉਹਨੇ ਲੜਾਈ ਸੀ ਇੱਕੋ ਆਜ਼ਾਦੀ ਦੀ, ਤੁਹਾਡੀਆਂ ਲੜਾਈਆਂ ਦੋ ਹੈ, ਤੁਹਾਡੀ ਉਹਨਾਂ ਦੀ ਲੜਾਈ ਕਿਸਾਨੀ, ਉਹਨੇ ਲੜਾਈ ਕਿਸਾਨੀ ਬਿੱਲਾਂ ਤੱਕ ਸੀਮਤ ਹੈ, ਤੁਹਾਡੀ ਲੜਾਈ ਵੱਡੇ ਵਿਜ਼ਨ ਦੀ ਹੈ, ਤੁਹਾਡੀ ਲੜਾਈ ਇਕੱਠੀ ਹੋ ਹੀ ਨਹੀਂ ਸਕਦੀ। ਇਹ ਗੱਲ ਮੈਂ ਮੰਨ ਗਿਆ ਤੁਹਾਡੀ, ਲੜਾਈਆਂ ਸਾਡੇ, ਉਹਨਾਂ ਦੀ ਲੜਾਈ ਕਿਸਾਨੀ ਕਾਨੂੰਨਾਂ ਤੱਕ ਸੀਮਤ ਆ, ਸਾਡੀ ਵੱਡੇ ਵਿਜ਼ਨ ਦੀ ਆ। ਪਰ ਉਸ ਲੜਾਈ 'ਚ ਕਦੇ ਗਾਂਧੀ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਭਗਤ ਸਿੰਘ ਅੰਗਰੇਜ਼ਾਂ ਦਾ ਪਿੱਠੂ ਆ, ਕਦੇ ਉੱਥੇ ਗਦਰੀ ਬਾਬਿਆਂ ਨੇ ਇਹ ਤਾਂ ਨਹੀਂ ਕਿਹਾ ਸੀ ਵੀ ਬਾਈ ਜੀ ਜਿਹੜੇ ਆਪਣੇ ਬੱਬਰ ਅਕਾਲੀ ਆ ਉਹ ਅੰਗਰੇਜ਼ਾਂ ਦੇ ਪਿੱਠੂ ਆ। ਤੁਸੀਂ ਇੱਕ ਦੂਜੇ ਨੂੰ ਹੀ ਬਦਨਾਮ ਕਰਨ ਲੱਗ ਗਏ, ਗਦਾਰੀਆਂ ਦੇ ਸਰਟੀਫਿਕੇਟ ਦੇਣ ਲੱਗ ਗਏ ਉਹਨਾਂ ਬੰਦਿਆਂ ਨੂੰ ਜਿਹੜੇ ਤੁਹਾਡੇ ਨਾਲ ਬੈਠੇ ਆ। ਮੈਂ ਹੁਣ ਤੁਹਾਨੂੰ ਅੱਜ ਦੀ ਗੱਲ ਦੱਸ ਦਿੰਦਾ ਜੀ, ਆਪਾਂ ਇੰਟਰਵਿਊ ਕਰ ਰਹੇ ਹਾਂ, ਅੱਜ ਦੀ ਇੰਟਰਵਿਊ ਹੀ ਸਾਡੀ ਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਭੱਟ ਗਏ ਆਪਣੇ ਵਿਜ਼ਨ ਤੋਂ। ਆਪਾਂ ਇੱਕ ਵੀ ਗੱਲ ਇਹ ਨਹੀਂ ਕੀਤੀ ਕਿ ਕਿਸਾਨਾਂ ਨਾਲ ਕੀ ਮੁਸ਼ਕਲ ਆ ਗਈ ਜਾਂ ਕਿਉਂ ਮੋਰਚਾ ਲਾ ਕੇ ਬੈਠੇ ਆ 8 ਮਹੀਨਿਆਂ ਦੇ। ਉਹਨਾਂ ਸੁਣ ਤਾਂ ਲਓ ਮੇਰੀ ਗੱਲ, ਸਰ ਸੁਣ ਤਾਂ ਲਓ ਮੇਰੀ ਗੱਲ, ਕਿਉਂ ਮੋਰਚਾ ਲਾ ਕੇ ਬੈਠੇ? ਆਪਾਂ ਇੱਕ ਵਾਰੀ ਗੱਲ ਨਹੀਂ ਕੀਤੀ ਕੀ ਉਹਨਾਂ ਨਾਲ ਮੋਦੀ ਸਾਹਿਬ ਕਰ ਰਿਹਾ, ਕੀ ਸਰਕਾਰ ਕਿਉਂ ਇੰਨੀ ਜ਼ਿਆਦਾ, ਕਿਉਂ ਸਰਕਾਰ ਇੰਨੀ ਜ਼ਿਆਦਾ ਜਿਹੜੀ ਹੈ ਜੀ ਇਹ ਕਹਿ ਲਓ ਕਿ ਵਨ ਤਰਫੀ ਚੱਲ ਰਹੀ ਹੈ। ਆਪਾਂ ਆਪਣੀ ਲੜਾਈ ਹੀ ਡਿਸਕਸ ਕੀਤੀ, ਜਿਹੜੀ ਲੜਾਈ ਦੀ ਗੱਲ ਆਪਾਂ ਕਰਦੇ ਹਾਂ ਕਿ ਇਹੋ ਹੀ ਲੜਾਈ ਸਭ ਤੋਂ ਘਾਤਕ ਹੈ, ਤੁਸੀਂ ਸ਼ੁਰੂ ਹੀ ਉੱਥੋਂ ਕੀਤਾ ਤੇ ਐਂਡ ਵੀ ਆਪਾਂ ਉੱਥੇ ਹੀ ਕਰਾਂਗੇ ਆਪਸੀ ਲੜਾਈ ਤੇ। ਨਹੀਂ ਬਾਈ ਜੀ, ਫਿਰ ਮੈਂ ਹੁਣ ਮੈਂ ਵੀ ਬੋਲਦਾ ਤੁਹਾਨੂੰ,
ਤੁਸੀਂ ਸਵਾਲ ਕਿੱਥੇ ਕੀ ਪੁੱਛਿਆ? ਤੁਸੀਂ ਇਹ ਪੁੱਛਿਆ ਵੀ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ? ਨਹੀਂ, ਤੁਸੀਂ ਇਹ ਨਹੀਂ ਪੁੱਛਿਆ, ਤੁਸੀਂ ਸਵਾਲ ਕੀ ਪੁੱਛਿਆ ਇਹ ਦੇਖੋ। ਮੈਂ ਪੁੱਛਿਆ ਤੁਹਾਡਾ ਵਿਜ਼ਨ ਕੀ ਹੈ, ਮੈਂ ਲੜਾਈ ਪੁੱਛੀ ਨਹੀਂ, ਮੈਂ ਪੁੱਛਿਆ ਤੁਹਾਡਾ ਵਿਜ਼ਨ ਕੀ ਹੈ, ਮੈਂ ਤੁਹਾਨੂੰ ਪੂਰੀ ਸਪੇਸ ਦਿੱਤੀ ਉਹਦੇ ਵਾਸਤੇ। ਸਰ ਮੈਂ ਵਿਜ਼ਨ 'ਚ ਇੱਕ ਵਾਰੀ ਵੀ ਮੈਂ ਕਿਸਾਨਾਂ ਦੀ ਗੱਲ ਨਹੀਂ ਕੀਤੀ, ਮੈਂ ਕਿਸਾਨ ਲੀਡਰਸ਼ਿਪ ਦੀ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਵਿਜ਼ਨ 'ਚ ਬਿਮਾਰੀ ਦੀ ਜੜ ਦੀ ਗੱਲ ਕੀਤੀ ਸੀ। ਉਦੋਂ ਬਾਅਦ ਤੁਹਾਡਾ ਦੂਜਾ ਸਵਾਲ ਆਇਆ ਵੀ ਫਿਰ ਤੁਸੀਂ ਕਿਸਾਨਾਂ ਦੇ ਨਾਲੋਂ ਅੱਡ ਕਿਉਂ ਫਿਰਦੇ ਹੋ? ਰੂਲ ਆਫ ਥੰਮ ਇਹ ਹੈ ਜੀ, ਰੂਲ ਆਫ ਥੰਮ ਇਹ ਆ ਕਿ ਜਦੋਂ ਅਸੀਂ ਕਿਸੇ ਮੋਰਚੇ ਦੇ ਝੰਡੇ ਥੱਲੇ ਜਾਂਦੇ ਹਾਂ, ਵੀ ਸ਼ੁੱਡ ਫੋਲੋ ਦੇਅਰ ਇੰਸਟਰਕਸ਼ਨਸ। ਜੇ ਅਸੀਂ ਉੱਥੇ ਜਾ ਕੇ ਆਪਣੀਆਂ ਇੰਸਟਰਕਸ਼ਨਸ ਲੈ ਕੇ ਜਾਣਾ ਚਾਹੁੰਦੇ, ਇੱਕ ਵੱਖਰਾ ਮੋਰਚਾ, ਇੱਕ ਵੱਖਰਾ ਵਿਜ਼ਨ, ਇੱਕ ਵੱਖਰਾ ਆਪਣਾ ਇੱਕ ਮੋਰਚਾ ਹੋ ਸਕਦਾ। ਔਰ ਉਹਦੀ ਸਪੇਸ ਅੱਜ ਵੀ ਹੈਗੀ ਆ, ਅੱਜ ਵੀ ਪੰਜਾਬ ਦੇ ਵਿੱਚ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਛਾ ਇੱਕ ਕੰਮ ਕਰਦੇ ਹਾਂ ਆਪਾਂ, ਚਲੋ ਜੇ ਤੁਸੀਂ ਕਹਿੰਦੇ ਹੋ ਅੱਜ ਵੀ ਹੈਗੀ ਆ, ਆਪਾਂ ਜਿਹੜਾ ਤੁਸੀਂ ਥੰਮ ਰੂਲ ਦੀ ਗੱਲ ਕਰਦੇ ਹੋ ਨਾ, ਦਿਸ ਇਜ਼ ਯੋਰ ਪਰਸੈਪਸ਼ਨ ਵੀ ਇੱਕ ਝੰਡੇ, ਆਪਾਂ ਇੱਕ ਝੰਡੇ ਥੱਲੇ ਹੀ ਲੜ ਰਹੇ ਸੀ, ਕਦੇ ਲੀਡਰਸ਼ਿਪ ਨਹੀਂ ਕਲੇਮ ਕੀਤੀ, ਕਦੇ ਆਪਾਂ ਉੱਥੇ ਵੱਖਰੀ ਸਟੇਜ ਨਹੀਂ ਲਈ, ਹਮੇਸ਼ਾ ਸਤਿਕਾਰ ਹੀ ਦਿੱਤਾ ਸਾਡੇ ਆਗੂਆਂ ਨੂੰ। ਮੈਂ ਲਾਲ ਕਿਲੇ ਖੜ ਕੇ ਟਰੈਕਟਰ ਤੇ ਮੇਰੀ ਸਪੀਚ ਸੁਣ ਲਓ ਕੀ ਸੀ ਜੀ, ਅੱਜ ਤੁਹਾਡੇ ਕੋਲ ਫੇਸਬੁੱਕ ਖੋਲ ਕੇ ਉਹਦੇ ਤੇ ਪਈ ਆ, ਇਹੀ ਗੱਲ ਕਹੀ ਅਸੀਂ ਆਪਦੀ ਕਿਸਾਨ ਲੀਡਰਸ਼ਿਪ ਦੀ ਅਗਵਾਈ ਚ। ਸਾਡੇ ਬਜ਼ੁਰਗ ਸਾਡੇ ਆਗੂ ਆ, ਸਾਨੂੰ ਅਗਲਾ ਪ੍ਰੋਗਰਾਮ ਦੇਣ, ਅਸੀਂ ਕੀ ਕਰਨਾ? ਤੁਸੀਂ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਆ ਨਾ, ਫਿਰ ਤੁਸੀਂ ਕਹਿ ਰਹੇ ਹੋ ਜੀ ਅੱਜ ਵੀ ਸਪੇਸ ਹੈਗੀ। ਲੋ ਇੱਕ ਵਾਰੀ ਮੈਨੂੰ ਕਿਸਾਨ ਲੀਡਰਸ਼ਿਪ ਤੋਂ ਇਹ ਕਹਾ ਦੋ ਵੀ ਇਹ ਸਪੇਸ ਅਸੀਂ ਦੀਪ ਸਿੱਧੂ ਦੇ ਨਾਲ ਜਿਹੜੇ ਬੰਦੇ ਇਸ ਗੱਲ ਤੇ ਖੜਦੇ ਆ ਵੀ ਸਾਡੀ ਸਟਰਕਚਰਲ ਚੇਂਜ ਦੀ ਲੜਾਈ ਆ, ਉਹਨਾਂ ਨੂੰ ਦਿੰਦੇ ਆ ਤੇ ਉਹ ਆਪਦਾ ਵੱਖਰਾ ਸੰਘਰਸ਼ ਕਰ ਲੈਣ, ਚਾਹੇ ਉਹ ਜਿੱਥੇ ਮਰਜ਼ੀ ਆ ਕੇ ਸਟੇਜ ਲਾ ਲੈਣ। ਇੱਕ ਵਾਰੀ ਇਹ ਕਹਾ ਦੋ ਤੇ ਮੈਂ ਦੂਜੇ ਦਿਨ ਵੱਖਰੀ ਸਟੇਜ ਲਾਊਂਗਾ। ਤੁਹਾਡਾ ਤਾਂ ਵੱਖਰਾ ਚੱਲ ਹੀ ਰਿਹਾ ਸਰ, ਤੁਸੀਂ ਆਪ ਹੀ ਇਹ ਗੱਲ ਕਹੀ ਕਿ ਤੁਸੀਂ ਪਿੰਡਾਂ 'ਚ ਜਾਂਦੇ ਹੋ, ਤੁਹਾਡੀ ਉਸੇ ਹੀ ਵਿਜ਼ਨ 'ਤੇ ਇਕੱਠ ਹੁੰਦੇ ਆ ਜਿਸ ਵਿਜ਼ਨ ਦੀ ਗੱਲ ਕਰ ਰਹੇ, ਤੁਹਾਡਾ ਤਾਂ ਚੱਲ ਹੀ ਰਿਹਾ। ਉਹ ਸਿੰਘੂ ਬਾਰਡਰ 'ਤੇ ਕਿਉਂ ਜਾ ਕੇ ਸਟੇਜ ਲਾਉਣੀ, ਕਿਤੇ ਵੀ ਲਾਈ ਜਾ ਸਕਦੀ ਹੈ? ਨਹੀਂ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਿੰਘੂ ਬਾਰਡਰ 'ਤੇ ਬਿਲਕੁਲ ਲਾਈ ਜਾ ਸਕਦੀ ਹੈ। ਮੈਂ ਇਹ ਕਹਿ ਨਹੀਂ ਰਿਹਾ ਵੀ ਸਿੰਘੂ ਬਾਰਡਰ 'ਤੇ ਲਾਵਾਂਗੇ, ਮੈਂ ਵੱਖਰਾ ਚਾਹੇ ਪੰਜਾਬ ਲਾਵਾਂ, ਚਾਹੇ ਦਿੱਲੀ ਦੀਆਂ ਜੜਾਂ 'ਚ ਜਾ ਕੇ ਬੈਠਾ, ਚਾਹੇ ਜਿੱਥੇ ਮਰਜ਼ੀ ਲਾਈਏ। ਤੁਸੀਂ ਇੱਕ ਵਾਰੀ ਇੱਕ ਵਾਰੀ ਇਹ ਪ੍ਰਮਾਣ ਦਵਾ ਦਿਓ ਉਹਨਾਂ ਤੋਂ ਵੀ ਠੀਕ ਹੈ ਜੀ, ਤੁਸੀਂ ਆਹ ਸੰਘਰਸ਼ ਵਿੱਢ ਲਓ, ਆਹ ਚੱਲਦੇ ਕਿਸਾਨੀ ਸੰਘਰਸ਼ 'ਚ, ਇੱਕ ਵਾਰੀ ਕਹਿ ਦੇਣ ਉਹ। ਇਹ ਤਾਂ ਸਰ ਵਿੱਢੇ ਹੀ ਹੋਇਆ, ਇਹ ਤਾਂ ਤੁਹਾਡੇ ਲਫ਼ਜ਼ਾਂ ਅਨੁਸਾਰ ਵਿੱਢੇ ਹੀ ਹੋਇਆ। ਤੁਸੀਂ ਪਿੰਡਾਂ 'ਚ ਜਾ ਕੇ ਤੁਸੀਂ ਵਿੱਢਿਆ, ਦੇਖੋ ਨੈਰੇਟਿਵ ਥਰੋ ਕਰਨਾ ਇੱਕ ਵੱਖਰੀ ਗੱਲ ਹੁੰਦੀ ਆ, ਇੱਕ ਆਪਦਾ ਨਵਾਂ ਮੋਰਚਾ ਸਟਾਰਟ ਕਰਨਾ ਵੱਖਰੀ ਗੱਲ ਹੁੰਦੀ ਆ। ਜਿੱਦੇ ਨਵਾਂ ਮੋਰਚਾ ਸਟਾਰਟ ਕਰਤਾ ਉਹ ਇਹਨਾਂ ਨੇ ਸਾਰਾ ਜ਼ੋਰ ਇਸ ਗੱਲ 'ਤੇ ਲਾ ਦੇਣਾ ਵੀ ਇਹ ਤਾਂ ਬੀਜੇਪੀ ਦਾ ਬੰਦਾ, ਆਹ ਵੇਖ ਲਓ ਸਾਡਾ ਸੰਘਰਸ਼ ਦੋ ਵਾਰ ਕਰ ਰਿਹਾ। ਜਿੱਦਾਂ ਵੱਖਰਾ ਸਟੇਜ ਲਾਤਾ, ਹਜੇ ਤਾਂ ਪਿੰਡਾਂ 'ਚ ਤੁਸੀਂ ਜਿਹੜਾ ਕਹਿ ਰਹੇ ਹੋ ਨਾ, ਉਹ ਕੋਈ ਮੋਰਚਾ ਲਾ ਕੇ ਨਹੀਂ ਬੈਠਾ, ਮੈਂ ਸਿਰਫ ਨੈਰੇਟਿਵ ਥਰੋ ਕਰ ਰਹੇ ਹਾਂ। ਨੈਰੇਟਿਵ ਥਰੋ ਕਰਨ 'ਤੇ ਵੀ ਹੁਣ ਤੁਹਾਨੂੰ ਪ੍ਰੋਬਲਮ ਹੋਣ ਲੱਗ? ਨਹੀਂ ਕੋਈ, ਮੈਨੂੰ ਸਰ ਮੈਨੂੰ ਕਿਉਂ, ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੇ ਨਾਲ, ਆਈ ਹੈਵ ਨੋ ਪ੍ਰੋਬਲਮ। ਮੈਂ ਤੁਹਾਨੂੰ ਪੂਰੀ ਤੁਹਾਨੂੰ ਡਿਫਰੈਂਸ਼ੀਏਟ ਹੀ ਨਹੀਂ ਕਰਨਾ ਆਉਂਦਾ ਗੱਲ 'ਚ, ਡਿਫਰੈਂਸ਼ੀਏਟ। ਚਲੋ ਮੈਂ ਤੁਹਾਡੇ ਤੋਂ ਲਰਨ ਕਰ ਰਿਹਾ ਸਰ, ਤੁਹਾਡੇ ਤੋਂ ਬਹੁਤ ਕੁਝ ਲਰਨ ਕੀਤਾ ਇਸ ਦੀ ਇੰਟਰਵਿਊ 'ਚ। ਮੈਂ ਨਹੀਂ, ਮੈਨੂੰ ਜੇ ਮੈਨੂੰ ਨਰੇਟਿਵ ਦਾ ਪਤਾ ਹੀ ਨਹੀਂ ਲੱਗਾ ਤੇ ਮੈਂ ਲਰਨ ਹੀ ਕਰ ਰਿਹਾ ਤੁਹਾਡੇ ਤੋਂ। ਮੈਂ ਤੁਸੀਂ ਕੀ, ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਸਰ, who am I to teach you bhai ji, okay, you know your perceptions are such that I am actually contradicting your perceptions, because okay, that is based okay on your individual experience. Let me ask you a very valid question from your discussion. Please. Ajdi discussion to ek bada valid question puch reha. Haan ji, tuhanda vision unna nu vakhra hai, gal tusi man layi leader na, tuhanda vision vakhra hai, tusi eh gal admit kar layi. Haan ji, theek hai na ji. ਅਤੇ ਬਾਏ ਬੀ ਈਵਨ ਡਿਸਕਸਿੰਗ ਦੈਟ ਮੋਰਚਾ, ਤੁਸੀਂ ਆਪਣੇ ਵਿਜ਼ਨ ਦੀ ਗੱਲ ਕਰੋ, ਆਪਣੇ ਵਿਜ਼ਨ ਦੇ ਤਰੋ ਮੋਰਚਾ ਅੱਜ ਨਾ ਸੀ, ਇਹ ਲੜਾਈ ਕੋਈ ਇੱਕ ਦਿਨ ਦੀ ਜਾਂ ਦੋ ਦਿਨ ਦੀ ਨਹੀਂ, ਇਹ ਮੋਰਚਾ ਅੱਜ ਕੱਲ੍ਹ ਪਰਸੋਂ ਸਾਲ ਛਿਆਂ ਮਹੀਨਿਆਂ 'ਚ ਇਹਦਾ ਕੁਛ ਨਾ ਕੁਛ ਦਾ ਐਂਡ ਹੋਣਾ ਹੀ ਹੈ। ਤੁਹਾਡਾ ਜਿਹੜਾ ਵਿਜ਼ਨ ਆ ਉਹਦੀ ਲੜਾਈ ਵਾਸਤੇ ਲੋਕਾਂ ਨੂੰ ਆਪਣੇ ਨਾਲ ਜੋੜੋ, ਦੇਸ਼ ਵਿਦੇਸ਼ 'ਚ ਲੋਕਾਂ ਨੂੰ ਆਪਣੀ ਰਾਏ ਦੇ ਨਾਲ ਜੋੜੋ, ਔਰ ਇਹ ਮੋਰਚੇ ਦੇ ਨਾਲ ਪੈਰਲਲ ਨਾ ਸੀ, ਇਹਨੂੰ ਸਪੇਸ ਦਿਓ, ਇਹਦੀ ਇਸ ਮੋਰਚੇ ਤੋਂ ਬਾਅਦ ਆਪਣਾ ਮੋਰਚਾ ਲਾਓ, ਔਰ ਜੋ ਵੀ ਤੁਸੀਂ ਮੰਗਾਂ ਅਨੰਦਪੁਰ ਸਾਹਿਬ ਦਾ ਮਤਾ ਰਿਵਾਈਵ ਕਰਨਾ ਉਹ ਕਰੋ, ਕੁਛ ਹੋਰ ਕਰਨਾ ਉਹ ਕਰੋ, ਐਂਡ ਲੈਟਸ ਮੂਵ ਫੋਰ ਦੈਟ। Let's, we will move for that ji. I am not saying that my struggle is limited to this farmers agitation or jada apna morcha lagya hoya kisan morcha. No, my struggle is not limited to that, it is not restricted to that. My struggle
or people who probably identify with the kind of narrative today, you know, we are promoting, whosoever identifies with that, ਜਿਹੜਾ ਉਹਦੇ ਨਾਲ ਤਾਰਫ ਰੱਖਦਾ ਉਸ ਨੈਰੇਟਿਵ ਨਾਲ, ਉਸ ਉਹ ਬੰਦੇ ਦੀ ਸਟਰਗਲ ਵੀ ਇਸ ਕਿਸਾਨੀ ਮੋਰਚੇ ਤੋਂ ਬਾਅਦ ਵੀ ਚਾਲੂ ਰਹੂਗੀ। ਇਹ ਗੱਲ ਤਾਂ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਤੇ ਮੈਂ ਹਮੇਸ਼ਾ ਕਹਿੰਦਾ ਰਹੂੰਗਾ। That's all there is, sir. ਜਿਹੜੀ ਦੀ ਗੱਲ ਤੁਸੀਂ ਅੱਜ ਹੁਣ ਕਹੀ ਆ, ਇੰਨਾ ਹੀ ਫਰਕ ਹੈ ਜੀ, ਇੰਨਾ ਹੀ ਤੁਹਾਡਾ ਮੇਰੀ ਡਿਸਕਸ਼ਨ ਦਾ ਜਿਹੜਾ ਹੈਗਾ ਜੀ ਵਖਰੇਵਾਂ ਆ, ਜਾਂ ਮੇਰੇ ਅੰਡਰਸਟੈਂਡਿੰਗ ਦੇ ਵਿੱਚ ਇੰਨਾ ਕੁ ਵਖਰੇਵਾਂ ਆਇਆ ਕਿ ਤੁਹਾਡਾ ਇੱਕ ਵਿਜ਼ਨ ਵੱਖਰਾ, ਇੱਕ ਟੋਟਲੀ ਡਿਫਰੈਂਟ ਵਿਜ਼ਨ ਹੈ, ਔਰ ਉਹਦੇ ਵਿੱਚ ਕੋਈ ਕੰਫਲਿਕਟ ਚ ਪੈਣ ਦੀ ਲੋੜ ਹੀ ਨਹੀਂ ਕਿਸਾਨਾਂ ਦੇ ਮੋਰਚੇ ਨਾਲ। ਯੂ ਕੈਰੀ ਔਨ ਵਿਦ ਯੋਰ ਓਨ ਵਿਜ਼ਨ ਔਰ ਤੁਹਾਡਾ। ਆਈ ਡੂ ਨਾਟ ਵਾਂਟ ਟੂ ਬੀ ਇਨ ਕੰਫਲਿਕਟ ਵਿਦ ਐਨੀਬਡੀ। ਜੇ ਅੱਜ ਕਿਸਾਨਾਂ, ਮੈਂ ਤੁਹਾਨੂੰ ਇੱਕ ਗੱਲ ਇਹ ਦੱਸਦਾ ਜੀ, ਕਿਸਾਨੀ ਸੰਘਰਸ਼ ਚ ਸਾਡੀ ਇੱਕ ਕੰਟਰੀਬਿਊਸ਼ਨ ਸੀ, ਤੁਸੀਂ ਉਸ ਕੰਟਰੀਬਿਊਸ਼ਨ ਨੂੰ ਨਕਾਰਤਾ। ਤੁਸੀਂ ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਨਾ ਲੈ ਕੇ ਦੀਪ ਸਿੱਧੂ ਦੀ ਜ਼ੀਰੋ ਕੰਟਰੀਬਿਊਸ਼ਨ ਆ, ਕੋਈ ਗੱਲ ਨਹੀਂ, ਠੀਕ ਆ, ਉਸ ਕੰਟਰੀਬਿਊਸ਼ਨ ਨੂੰ ਤੁਸੀਂ ਨਕਾਰਤਾ। ਇਹ ਗੱਲ ਮੈਨੂੰ 26 ਜਨਵਰੀ ਤੋਂ ਬਾਅਦ ਸਮਝਾਉਣ ਦਾ ਵੀ ਇੱਕ ਟਾਈਮ ਹੁੰਦਾ। 26 ਜਨਵਰੀ ਤੋਂ ਬਾਅਦ ਮੈਂ ਉੱਥੇ ਗਿਆ ਨਹੀਂ। ਜੇ ਉੱਥੇ ਮੈਂ ਜਾਂਦਾ, ਅੱਜ ਮੈਨੂੰ ਫੇਰ ਜਿਹੜੇ ਉੱਥੇ ਕਈ ਸੱਦੇ ਆਉਂਦੇ ਆ, ਲੋਕਾਂ ਦੇ ਸੱਦੇ ਆਉਂਦੇ ਆ, ਬਾਈ ਜੀ ਆ ਜਾਓ ਆ ਜਾਓ ਆ ਜਾਓ, ਮੈਂ ਫੇਰ ਨਹੀਂ ਜਾਂਦਾ। ਕੱਲ ਨੂੰ ਫੇਰ ਕੋਈ ਸੰਗਤ ਇਕੱਠੀ ਹੋ ਕੇ ਆਜੂਗੀ ਵੀ ਨਹੀਂ ਜੀ, ਕਿਸਾਨੀ ਸੰਘਰਸ਼ ਚ ਤੁਹਾਡੀ ਜ਼ਰੂਰਤ ਆ, ਤੁਸੀਂ ਬੜਾ ਉਹਦੇ ਚ ਕੰਟਰੀਬਿਊਟ ਕੀਤਾ ਸੀ, ਉਹਨੂੰ ਉਸ ਵੇਲੇ ਵਿਚਾਰ ਲਾਂਗੇ। ਪਰ ਮੈਂ ਗਿਆ ਇਸੇ ਕਰਕੇ ਨੀ ਵੀ ਮੈਂ ਕਿਸੇ ਕੰਫਲਿਕਟ ਚ ਨਹੀਂ ਆਉਣਾ। ਕੱਲ ਨੂੰ ਉੱਥੇ ਜਾ ਕੇ ਕਿਸੇ ਨਾਲ ਤੂੰ ਤੂੰ ਮੈਂ ਫੇਰ ਹੁੰਦੀ ਆ, ਠੀਕ ਆ, ਉਸ ਗੱਲ ਦਾ ਕੋਈ ਫਾਇਦਾ ਨਹੀਂ। ਸਾਰਾ ਕੁਛ ਇਹਨਾਂ ਨੇ ਮੇਰੇ ਉੱਤੇ ਮੜ ਦੇਣਾ ਦੁਬਾਰਾ। ਫਿਰ ਤੁਸੀਂ ਮੋਟਰਸਾਈਕਲ ਨਾਲ ਭੱਜਣ ਵਾਲੀ ਗੱਲ ਕੀਤੀ ਸੀ, ਮੋਟਰਸਾਈਕਲ ਤੋਂ ਮੈਂ ਭੱਜਣਾ ਨਹੀਂ ਕਿਹਾ ਸਰ, ਮੈਂ ਭੱਜਣਾ ਲਫ਼ਜ਼ ਨਹੀਂ ਸਰ ਵਰਤਿਆ, ਮੈਂ ਨਹੀਂ ਵਰਤਿਆ ਭੱਜਣਾ ਲਫ਼ਜ਼, ਮੈਂ ਕਹਿ ਨਹੀਂ ਸਕਦਾ। ਉਹ ਤੁਹਾਡੀ, ਤੁਸੀਂ ਉਸ ਸਿਚੁਏਸ਼ਨ ਚ, ਮੈਨੂੰ ਨਹੀਂ ਪਤਾ ਮੈਂ ਭੱਜਣਾ ਲਫ਼ਜ਼ ਨਹੀਂ ਵਰਤਿਆ। ਬਹੁਤਿਆਂ ਨੇ ਕਿਹਾ ਹੋਊਗਾ ਤੁਹਾਨੂੰ, ਪਰ ਮੈਂ ਨਹੀਂ ਕਿਹਾ। ਮੈਂ ਕਿਹਾ ਤੁਸੀਂ ਮੋਟਰਸਾਈਕਲ ਤੇ ਗਏ ਸੀ, ਮੈਂ ਗਿਆ ਕਿਹਾ ਮੋਟਰਸਾਈਕਲ ਦਾ ਨਾਂ ਲਿਆ ਸੀ। ਹਾਂਜੀ ਹਾਂਜੀ, ਨਾਂ ਲਿਆ ਸੀ ਮੋਟਰਸਾਈਕਲ ਦਾ ਮੈਂ। ਹਾਂਜੀ ਹਾਂਜੀ, ਭੱਜਣਾ ਨਹੀਂ ਕਿਹਾ ਮੈਂ। ਕੀ ਨਾਂ ਲਿਆ ਸੀ ਜੀ? ਮੈਂ ਕਿਹਾ ਜੀ, ਮੈਂ ਕਿਹਾ ਤੁਹਾਡੀਆਂ ਤਸਵੀਰਾਂ 26 ਜਨਵਰੀ ਦੀਆਂ ਮੋਟਰਸਾਈਕਲ ਵਾਲੀ, ਤੁਹਾਡੀ ਤਕਰੀਰ ਮੈਂ ਸੁਣੀਆਂ, ਮੈਂ ਇਹ ਗੱਲ ਕਹੀ ਸੀ। ਮੈਂ ਇਹ ਨਹੀਂ ਕਿਹਾ ਕਿ ਤੁਸੀਂ ਮੋਟਰਸਾਈਕਲ ਤੇ ਭੱਜੇ ਹੋ। ਮੋਟਰਸਾਈਕਲ ਤੇ ਤਾਂ ਕੁਝ ਸੁਣਿਆ ਨਹੀਂ, ਉਹ ਤਾਂ ਦੇਖਿਆ ਹੋ ਸਕਦਾ, ਸੋ ਕੀ ਦੇਖਿਆ ਹੈ ਆਪਾਂ ਦੁਬਾਰਾ ਗੱਲ ਕਰ ਲੈਂਦੇ ਹਾਂ। ਹਾਂਜੀ ਹਾਂਜੀ, ਮੈਨੂੰ ਤਾਂ ਜੀ, ਮੈਨੂੰ ਤਾਂ ਇਹ ਸੀ ਕਿ ਕੋਈ ਟਰੈਕਟਰ ਤੇ ਜਾ ਰਿਹਾ, ਕੋਈ ਕਾਰ 'ਚ ਜਾ ਰਿਹਾ, ਤੁਸੀਂ ਮੋਟਰਸਾਈਕਲ ਤੇ ਗਏ ਹੋ, ਮੈਂ ਭੱਜਣਾ ਲਫ਼ਜ਼ ਨਹੀਂ ਵਰਤਿਆ। ਮੈਂ ਕਹਿ ਨਹੀਂ ਸਕਦਾ, ਮੇਰੀ ਇਹ ਹੈਸੀਅਤ ਹੀ ਨਹੀਂ ਕਿ ਤੁਸੀਂ ਉਸ ਮੋਰਚੇ। ਨਹੀਂ, ਗੱਲ ਹੈਸੀਅਤ ਦੀ ਨਹੀਂ ਹੈ ਜੀ, ਹੈਸੀਅਤ ਤਾਂ ਮੇਰੀ, ਕਿਉਂਕਿ ਮੈਂ ਉੱਥੇ ਸੀਗਾ ਨਹੀਂ, ਤੁਸੀਂ ਉਹ ਪਾਰਟ ਸੀਗੇ, ਤੁਹਾਨੂੰ ਪਤਾ, ਤੁਹਾਡੇ ਸਰਕਮਸਟੈਂਸ ਨੱਠਣ ਵਾਲੇ ਸੀਗੇ ਕਿ ਜਾਣ ਵਾਲੇ ਸੀਗੇ, ਯੂ ਆਰ ਦੀ ਬੈਟਰ ਜੱਜ। ਮੈਂ ਕੋਈ ਨਹੀਂ ਭਾਈ ਜੀ, ਮੈਂ ਕੋਈ ਮੋਟਰਸਾਈਕਲ ਤੇ ਨਹੀਂ ਗਿਆ, ਮੈਂ ਕਿਸੇ ਟਰੈਕਟਰ ਤੇ ਨਹੀਂ ਗਿਆ, ਮੈਂ ਆਪਦੀ ਕਾਰ ਤੇ ਗਿਆ। ਜਦੋਂ ਉੱਥੇ ਪਹੁੰਚਿਆ, ਉਸ ਤੋਂ ਬਾਅਦ ਜਦੋਂ ਲਾਲ ਕਿਲੇ ਚੋਂ ਨਿਕਲਿਆ, ਉਸ ਤੋਂ ਬਾਅਦ 2 ਕਾਰਾਂ ਤੇ ਲਿਫਟ ਲੈ ਕੇ ਮੈਂ ਵਾਪਸ ਮੋਰਚੇ ਚ ਆਇਆ। ਮੋਰਚੇ ਚੋਂ ਸੁਖਦੇਵ ਦੇ ਢਾਬੇ ਤੋਂ ਆ ਕੇ ਮੈਂ ਟਰੈਕਟਰ ਤੋਂ ਬੈਠ ਕੇ ਲਾਈਵ ਕੀਤਾ ਆਪਦੇ ਫੇਸਬੁੱਕ ਤੇ। ਉੱਥੇ ਮੇਰੇ ਤੇ ਹਮਲਾ ਹੋਇਆ, ਕਿਰਚਾਂ ਲਈ ਫਿਰਦੇ ਸੀ, ਠੀਕ ਆ। ਉਹ ਹਮਲੇ ਤੋਂ, ਇੱਕ ਗੁਰੀਲਾ ਵਾਰਫੇਅਰ ਵੀ ਕੋਈ ਚੀਜ਼ ਹੁੰਦੀ ਆ, ਸਾਡਾ ਮਕਸਦ ਕੀ ਆ? ਜਾਂ ਤਾਂ ਦੀਪ ਸਿੱਧੂ ਉੱਥੇ ਖੜਾ ਹੋ ਕੇ ਲੜ ਲੈਂਦਾ, ਉੱਥੇ ਮੈਨੂੰ ਇਹ ਮੇਰੇ ਲੈ ਕੁਛ ਵੀ ਕਰ ਦਿੰਦੇ, ਮੰਨ ਲਓ 25-30 ਬੰਦੇ ਤੇ ਇਕੱਲਾ ਬੰਦਾ। ਮੁੜ ਕੇ ਇਹ ਕਹਿਣਾ ਸੀ ਵੀ ਦੀਪ ਸਿੱਧੂ ਤਾਂ ਜਿਹੜਾ ਸੀ ਇਹ ਆਪਣਾ ਮੌਬ ਨੇ ਮਾਰਤਾ ਜੀ। ਸਰ ਤੁਹਾਡੀ ਗੱਲ ਦੇ ਮੁਤਾਬਕ ਵੇਚਣੀ ਤੁਸੀਂ ਕਰੋ ਜੀ। ਉਸ ਤੋਂ ਬਾਅਦ ਮੈਂ ਸੁਖਦੇਵ ਦੇ ਢਾਬੇ ਤੋਂ ਉਹ ਮੋਟਰਸਾਈਕਲ ਲੈ ਕੇ, ਉਹ ਵੀ ਇਹਨਾਂ ਨੂੰ ਦਬਕਾ ਮਾਰ ਕੇ ਨਿਕਲਿਆ ਵੀ ਕੋਈ ਨੀ ਦੇਖੂਗਾ ਇਕੱਲੇ ਇਕੱਲੇ ਨੂੰ। ਮੈਂ ਤੁਸੀਂ ਬੰਦੇ ਨੂੰ ਡਿਫਾਈਨ ਕਿਵੇਂ ਕਰਤਾ? ਇਸ ਮੀਡੀਆ ਨੇ, ਇਹ ਸਾਰੀ ਗੱਲ ਨੇ ਵੀ ਤੁਹਾਡੀਆਂ ਮੋਟਰਸਾਈਕਲ ਤੇ ਤਸਵੀਰਾਂ ਦੇਖੀਆਂ ਜੀ, ਇਹ ਗੱਲ ਕੀ ਦਰਸਾਉਂਦੀ ਆ? ਗੱਲ ਦਰਸਾਉਂਦੀ ਇਹ ਆ ਸਰ, ਤੁਹਾਡੀ ਅੱਜ ਦੀ ਕੰਟਰਡਿਕਸ਼ਨ, ਤੁਹਾਡੀ ਗੱਲ ਦੀ ਅੱਜ ਦੀ ਕੰਟਰਡਿਕਸ਼ਨ ਦਿਖਾਉਂਦੀ ਆ। ਤੁਸੀਂ ਕਿਹਾ ਸਾਰਾ ਯੂਥ ਸਾਡੇ ਨਾਲ ਸੀ, ਹੁਣ ਮੋਰਚੇ ਤੇ ਜਾਂਦਾ ਹੀ ਨਹੀਂ। ਉਹ ਜੇ ਤੁਹਾਡੇ ਨਾਲ ਸਾਰਾ ਯੂਥ ਖੜਾ, ਤੁਹਾਡੇ ਨਾਲ ਉੱਥੇ ਕੌਣ ਲੜਨ ਲੱਗ ਪਿਆ ਜੀ? ਬਾਈ ਜੀ ਇੱਕ ਮਿੰਟ, ਇਹ ਗੱਲ ਮੈਂ ਤੁਹਾਨੂੰ ਦੱਸਦਾ ਕੌਣ ਲੜਨ ਲੱਗ ਪਿਆ। ਇੱਕ ਨੈਰੇਟਿਵ ਦੀ ਪਾਵਰ ਨੂੰ ਸਮਝੋ ਪਹਿਲਾਂ ਤੁਸੀਂ। 26 ਤਰੀਕ ਨੂੰ ਜਿਹੜਾ ਇੱਕ ਤਾਂ ਸਰਕਾਰ ਨੇ ਨੈਰੇਟਿਵ ਸਿਰਜਿਆ ਤੇ ਨਾਲ ਸਾਡੀ ਲੀਡਰਸ਼ਿਪ ਨੇ ਵੀ ਉਹ ਨੈਰੇਟਿਵ ਸਿਰਜਿਆ, ਇਹਦੀ ਮੈਂ ਤੁਹਾਨੂੰ ਪਾਵਰ ਦੱਸਦਾ ਕਿਉਂ ਕੌਣ ਲੜਦਾ ਹੁੰਦਾ, ਹਨਾ। ਜਦੋਂ ਅੱਜ ਤਾਲਿਬਾਨ ਕਾਬਲ ਤੇ ਅਫਗਾਨਿਸਤਾਨ ਤੇ ਕਬਜ਼ਾ ਹੋ ਗਿਆ, ਕੱਲ ਤੱਕ ਉਹਨਾਂ ਨੂੰ ਮੀਡੀਆ ਨਾ ਅੱਤਵਾਦੀ ਦੱਸਦਾ ਹੁੰਦਾ ਸੀ। ਜਦੋਂ ਉਹਨਾਂ ਕੋਲੇ ਪਾਵਰ ਆ ਗਈ, ਉਹਨਾਂ ਬੰਦਿਆਂ ਨੂੰ ਅੱਜ ਸੰਘਰਸ਼ੀ ਤੇ ਲੜਾਕੇ ਕਹੀ ਜਾਂਦੇ ਆ, ਠੀਕ ਹੈ। ਇਹ ਨੈਰੇਟਿਵ ਦੀ ਪਾਵਰ ਆ। ਜਦੋਂ ਪਾਵਰ ਤੁਹਾਡੇ ਕੋਲੇ ਹੁੰਦੀ ਆ, ਤੁਸੀਂ ਨੈਰੇਟਿਵ ਕਿਵੇਂ ਸਿਰਜ ਸਕਦੇ ਹੋ? 26 ਤਰੀਕ ਨੂੰ ਜਿਹੜਾ ਨੈਰੇਟਿਵ ਸਿਰਜਿਆ ਗਿਆ, ਸਾਰੀ ਖਲਕਤ ਦੀਪ ਸਿੱਧੂ ਦੇ ਉਲਟ ਕਰਤੀ, ਜਿਵੇਂ ਦੀਪ ਸਿੱਧੂ ਨੇ ਸਾਰਾ ਖਲਾਰਾ ਪਾਤਾ। ਸਾਡਾ ਕਿ ਖਲਾਰਾ ਕੁਛ ਨਹੀਂ ਪਿਆ ਸੀ, ਅਸੀਂ ਆਪਦਾ ਇੱਕ ਐਕਸਪ੍ਰੈਸ਼ਨ ਜ਼ਾਹਰ ਕੀਤਾ ਸੀ। ਇੱਕ ਲਾਸਟ ਕੁਐਸਚਨ
ਇੱਕ ਲਾਸਟ ਕੁਐਸਚਨ ਸਰ, ਨਹੀਂ ਨਹੀਂ ਪਹਿਲਾਂ ਸਵਾਲ ਦਾ ਜਵਾਬ ਦੇ ਦਾਂ। ਹਾਂਜੀ ਜੀ ਜੀ ਸੋ ਹਾਂਜੀ ਸੋ ਜੇ ਤੁਸੀਂ ਕਹਿੰਦੇ ਹੋ ਇਹ ਕੰਟਰਡਿਕਸ਼ਨ, ਜਦੋਂ ਨੈਰੇਟਿਵ 'ਚ ਇੰਨੀ ਪਾਵਰ ਹੁੰਦੀ ਆ ਤੁਹਾਡੀ ਮਾਨਸਿਕਤਾ ਫੜ ਲੈਂਦੇ ਆ। ਸਾਈਕੋਲੋਜੀਕਲ ਵਾਰਫੇਅਰ ਕੋਈ ਚੀਜ਼ ਹੁੰਦੀ ਆ, ਸਰਕਾਰ ਕਿਵੇਂ ਉਹਨੂੰ ਉਹਦੇ ਨਾਲ ਖੇਡਦੀ ਆ ਤੁਹਾਡੀ ਮਾਨਸਿਕਤਾ ਨਾਲ, ਇਹਨੂੰ ਸਾਡਾ ਬੰਦਾ ਕੋਈ ਨਹੀਂ ਸਮਝਦਾ। ਸੋ ਇਹ ਨੈਰੇਟਿਵ ਕਰਕੇ ਬੰਦੇ ਮੌਬ ਲਿੰਚਿੰਗ ਕਿਉਂ ਹੁੰਦੀ ਆ ਜਾਂ ਇੱਕ ਕਰਾਊਡ ਲਿੰਚਿੰਗ ਕਿਉਂ ਹੁੰਦੀ ਆ, ਬੰਦੇ ਸੰਘਰਸ਼ਾਂ 'ਚ ਕਿਵੇਂ ਮੌਬ ਪੈ ਜਾਂਦਾ ਮਾਰ ਦਿੰਦੇ ਆ, ਇਕੱਲੇ ਇਕੱਲੇ ਕਿਉਂ ਨਹੀਂ, ਕਿਉਂਕਿ ਉਹ ਮਾਨਸਿਕਤਾ। ਇਸ ਕਰਕੇ ਉਹ ਸਾਰੀ ਖਲਕਤ ਉਲਟ ਸੀ। ਜਦੋਂ ਉਹ ਨੈਰੇਟਿਵ ਬਦਲਿਆ ਫਿਰ ਉਹ ਬੰਦੇ ਮਾਫੀਆਂ ਮੰਗ ਮੰਗ ਵਾਪਸ ਆਏ ਵੀ ਨਹੀਂ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਲਾਸਟ ਕੁਐਸਚਨ, ਵੱਡੀ ਪਾਵਰ ਹੈ। ਲਾਸਟ ਕੁਐਸਚਨ ਤੁਹਾਡੇ ਕੋਲ ਸਰ, ਜਿਹੜਾ ਜਿਹੜਾ ਕੁਝ ਲੋਕ ਕਹਿੰਦੇ ਜੀ ਕਿ ਸਰਕਾਰ ਦਾ ਕੀਤਾ ਘੜਿਆ ਸੀ ਜਿਹੜਾ ਜਿਹੜਾ ਲਾਲ ਕਿਲੇ ਦੇ ਲੋਕਾਂ ਦਾ ਜਾਣਾ, ਕੋਈ ਕਹਿੰਦੇ ਜੀ ਇਹ ਕੁਝ ਲੋਕ ਰਾਹ ਭੁੱਲ ਕੇ ਉੱਥੇ ਪਹੁੰਚ ਗਏ, ਕੋਈ ਕਹਿੰਦੇ ਜੀ ਤੁਹਾਡਾ ਨਾਂ ਕੁਝ ਹੋਰ ਕਹਿੰਦੇ ਜੀ ਉਹ ਲੈ ਗਿਆ ਲੋਕਾਂ ਨੂੰ ਵਰਗਲਾ ਕੇ, ਮੈਂ ਸਿਰਫ ਤਿੰਨ ਚਾਰ ਤੁਹਾਡੇ ਮੂਹਰੇ ਸਿਨੇਰੀਓ ਰੱਖ ਰਿਹਾ। ਕੋਈ ਕਹਿੰਦੇ ਜੀ ਇਹ ਕਿਸਾਨਾਂ ਦਾ ਸੀ ਪਹਿਲਾਂ ਇਹੋ ਇਹ ਕਰਨਾ ਕੰਮ, ਪਰ ਮੁੜ ਕੇ ਜਥੇਬੰਦੀਆਂ ਬੈਕ ਆਫ ਹੋ ਗਈਆਂ। ਹੁਣ ਤੁਸੀਂ ਦੱਸੋ ਕਿ ਰਿਐਲਿਟੀ ਕੀ ਹੈ, ਕੀ ਇਹ ਸਰਕਾਰ ਦਾ ਕਰਿਆ ਧਰਿਆ ਜਾਂ ਕੁਝ ਲੋਕ ਰਾਹ ਭੁੱਲ ਕੇ ਪਹੁੰਚ ਗਏ ਜਾਂ ਤੁਹਾਡੀ ਰਹਿਨਮਾਈ ਹੇਠ ਗਏ ਆ ਜਾਂ ਕਿਸਾਨ ਬੈਕਅਪ ਹੋ ਗਏ, ਪਹਿਲਾਂ ਜਾਣਾ ਚਾਹੁੰਦੇ ਸੀ ਮੁੜ ਕੇ ਉਹ ਘਾਬਰ ਗਏ ਪਿੱਛੇ ਰਹਿ ਗਏ, ਕੀ ਹੋਇਆ ਕੀ ਜੀ ਉਹ ਦਿਨ ਪੂਰੀ ਗੱਲ ਸਭੀ ਹੋਇਆ ਕੀ? ਇਹ ਇੰਨੀ ਸੰਖੇਪ 'ਚ ਗੱਲ ਤਾਂ ਨਹੀਂ ਹੋ ਸਕਦੀ, ਪਰ ਮੈਂ ਫਿਰ ਵੀ ਸੰਖੇਪ 'ਚ ਤੁਹਾਨੂੰ ਕੋਈ ਇੱਕ ਛੋਟਾ ਜਿਹਾ ਆਨਸਰ ਦਿੰਦਾ ਇਹਦਾ। ਹਾਂਜੀ, ਇਹ ਸੰਘਰਸ਼ਾਂ ਦੇ ਨਾ ਵਹਿਣ ਹੁੰਦੇ ਆ, ਸੰਘਰਸ਼ਾਂ ਦੇ ਵਹਿਣ ਕਿੱਧਰ ਨੂੰ ਵਹਿਣੇ ਆ, ਉਹ ਕੋਈ ਕੌਨਸਪਿਰੇਸੀ ਕਰੀ ਜਾਵੇ, ਵੈਸੇ ਸਰਕਾਰ ਦੀ ਕੌਨਸਪਿਰੇਸੀ ਇਹਦੇ ਪਿੱਛੇ ਸੀਗੀ। ਉਹ ਕੌਨਸਪਿਰੇਸੀ ਕੀ ਸੀ? ਉਹ ਚਾਹੁੰਦੇ ਸੀ ਦਿੱਲੀ 'ਚ ਵੜਨ ਤੇ ਇਹ ਦੰਗੇ ਕਰਾਉਣ ਦਿੱਲੀ 'ਚ, ਆਪਣੇ ਬੰਦਿਆਂ ਤੋਂ ਦੁਕਾਨਾਂ ਲਟਾਉਣ, ਕਿਸੇ ਧੀ ਭੈਣ ਦੀ ਬੇਪੱਤੀ ਕਰਨ ਜਾਂ ਕਿਸੇ ਬੰਦਿਆਂ ਨੂੰ ਮਾਰਨ, ਪਰ ਸਾਡੇ ਬੰਦੇ ਕੋਈ ਵਾਇਲੈਂਸ 'ਚ ਨਹੀਂ ਸੀ, ਕੋਈ ਹਿੰਸਕ ਨਹੀਂ ਸੀ, ਠੀਕ ਆ। ਸੋ ਇੱਕ ਵਹਿਣ ਸੀ ਸੰਘਰਸ਼ ਦਾ, ਲੋਕ ਆਪ ਮੁਹਾਰੇ ਹੋ ਕੇ ਜੋ ਕੁਛ ਹੋਇਆ ਉਹ ਲੋਕਾਂ ਨੇ ਸਾਡੀ ਸੰਗਤ ਨੇ ਆਪ ਮੁਹਾਰੇ ਹੋ ਕੇ ਕੀਤਾ, ਤੇ ਉੱਥੇ ਜਾ ਕੇ ਕੌਮ ਨੇ ਇੱਕ ਆਪਦੇ ਐਕਸਪ੍ਰੈਸ਼ਨ ਦਾ ਪ੍ਰਗਟਾਵਾ ਕੀਤਾ। ਜਿਹੜੀ ਕਲੈਕਟਿਵ ਕੌਨਸ਼ੀਅਸਨੈਸ 'ਚੋਂ ਨਿਕਲਦੀ ਹੈ ਚੀਜ਼, ਇਹ ਕੋਈ ਮਿਥ ਕੇ ਨਹੀਂ ਗਿਆ ਸੀ। ਫਿਰ ਇਹਦੇ 'ਚੋਂ ਖੱਟਿਆ ਕੀ ਹੁੰਦਾ? ਖੱਟਿਆ ਕੀ ਹੁੰਦਾ? ਜਦੋਂ ਸਾਡੇ ਬਾਬਾ ਗਰਜਾ ਸਿੰਘ, ਬੋਤਾ ਸਿੰਘ ਗਏ ਸੀ, ਜਦੋਂ ਮੁਗਲ ਇਹ ਕਹਿੰਦੇ ਸੀ ਵੀ ਇਹ ਤਾਂ ਸਾਰੇ ਮਾਰਤੇ, ਉਦੋਂ ਵੀ ਉਹਨਾਂ ਨੇ ਜਾ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਵੀ ਚਲਾਏ ਸੀ ਵੀ ਬੈਠੇ ਆ ਹਜੇ। ਸੋ ਕੌਮ ਦੇ ਪ੍ਰਗਟਾਵੇ ਹੁੰਦੇ ਆ, ਜਦੋਂ ਕੌਮ ਨੂੰ ਪਤਾ ਬੈਲੈਂਸ ਆਫ ਪਾਵਰ ਹੈ ਨੀ, ਪਾਵਰ ਉਹਨਾਂ ਕੋਲੇ ਆ ਸਾਰੀ ਸਟੇਟ ਕੋਲੇ, ਅਸੀਂ ਗੁਰੀਲਾ ਵਾਰਫੇਅਰ 'ਚ ਜਾਂ ਆਪਦੀ ਇੱਕ ਆਪਦੀ ਸਸਟੇਨੇਬਿਲਿਟੀ ਲਈ ਲੜ ਰਹੇ ਹਾਂ, ਉਦੋਂ ਇਹੀ ਪ੍ਰਗਟਾਵੇ ਬਹੁਤ ਵੱਡੀ ਐਗਜ਼ਾਮਪਲ ਕ੍ਰੀਏਟ ਕਰ ਦਿੰਦੇ ਆ। ਉੱਥੇ ਰਿਜ਼ਲਟ ਤੇ ਕੌਨਸੀਕੁਐਂਸਿਸ ਮੈਟਰ ਨਹੀਂ ਕਰਦੇ ਹੁੰਦੇ ਫਿਰ। ਨਹੀਂ ਵੀ ਆਪਾਂ ਇੱਕ ਪੀਸਫੁਲ ਪ੍ਰੋਟੈਸਟ ਹੈ, ਕਿਸਾਨੀ ਮੋਰਚਾ ਕਿ ਇੱਕ ਗੁਰੀਲਾ ਵਾਰਫੇਅਰ ਹੈ, ਕੀ ਹੈ ਉਹ? ਨਹੀਂ ਜੀ, ਇਹ ਪੀਸਫੁਲ ਪ੍ਰੋਟੈਸਟ ਆ। ਪੀਸਫੁਲ ਪ੍ਰੋਟੈਸਟ 'ਚ ਵੀ ਗੁਰੀਲਾ ਵਾਰਫੇਅਰ ਟੈਕਟਿਕਸ ਹੁੰਦੇ ਆ, ਇਸ ਗੱਲ ਨੂੰ ਸਮਝੋ ਤੁਸੀਂ। ਗੁਰੀਲਾ ਵਾਰਫੇਅਰ ਟੈਕਟਿਕਸ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਵੀ ਅਸੀਂ ਹਥਿਆਰ ਚੱਕ ਕੇ ਹੀ ਲੜਨਾ, ਪੀਸਫੁਲ ਪ੍ਰੋਟੈਸਟ 'ਚ ਵੀ ਗੁਰੀਲਾ ਵਾਰਫੇਅਰ ਟੈਕਟਿਕਸ ਯੂਜ਼ ਹੁੰਦੇ ਆ। ਮੈਂ ਤੁਹਾਨੂੰ ਬਹੁਤ, ਜਦੋਂ ਤੁਸੀਂ ਆਪਦੇ ਐਕਸਪ੍ਰੈਸ਼ਨਸ ਨੂੰ ਪ੍ਰਗਟਾਵਾ ਕਰਕੇ ਤੇ ਉੱਥੋਂ ਤੁਸੀਂ ਆਪਦੇ ਆਪ ਨੂੰ ਸੇਫ ਜ਼ੋਨ 'ਚ ਲੈ ਕੇ ਜਾਣਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਮਿਹਰਬਾਨੀ ਤੁਹਾਡੀ ਅੱਜ ਦੇ ਪ੍ਰੋਗਰਾਮ ਲਈ ਸਮਾਂ ਕੱਢਣ ਲਈ ਜੀ।